ਸੱਜਣ ਪ੍ਰਗਟੇ ਆਏ ਹਰ ਪਾਪ ਸੁਮਤ
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਮੂਕ ਊਚ ਰਹਿ ਸ਼ਾਸਤ੍ਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਣੈ ਜਉ ਕਾਲ ਕਿਰਪਾ ਕਰਾਈ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਤਰੀ ਜਿਉਂ ਬੁਲਾਵਹੁ ਤਿਉਂ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸੱਜਣ ਸੱਚਾ ਪਾਤ ਸਹ ਸਿਰ ਸਾਹਾਂਦੈ ਸਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਗਰੀਬ ਨਿਵਾਜ ਦਸਹੋਂ ਪਾਤਸ਼ਾਹੀਆਂ ਜੀ ਕੇ ਸਵਰੂਪ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਗ੍ਰੰਥ ਸਾਹਿਬ ਦਿਆਲੂ ਕਿਰਪਾਲੂ ਸਰਬ ਕਲਾ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਸਾਡੇ ਜੀਵਾਂ 'ਤੇ ਰਹਿਮਤ ਕੀਤੀ ਹੈ ਦਰਸ਼ਨ ਦੀਦਾਰ ਸੇਵਾ ਸੰਭਾਲ ਅੰਮ੍ਰਿਤ ਗੁਰਬਾਣੀ ਨਿਤਨੇਮ ਕੀਰਤਨ ਆਸਾ ਜੀ ਕੀ ਵਾਰ ਦੇ ਉਪਰੰਤ ਅੰਮ੍ਰਿਤ ਪਾਵਨ ਸੁਖਮਨੀ ਸਾਹਿਬ ਅਤੇ ਅੱਜ ਜੋ ਸੰਕ੍ਰਾਂਤ ਦੇ ਪੁਰਬ ਹੈ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਪਾਵਨ ਗੁਰਬਾਣੀ
ਬਾਰਹ ਮਾਹਾ ਜੀ ਕੇ ਪਾਵਨ ਜਾਪ ਦਾਨ ਬਖਸ਼ੇ ਹੈ। ਕੁਝ ਕੁ ਟਾਈਮ ਜਿੰਨਾ ਕੁ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਜੀਵਾਂ 'ਤੇ ਤਰਸ ਕਰਦੇ ਹੈ, ਰਹਿਮਤ ਕਰਦੇ ਹੈ, ਆਪਾਂ ਮਨ ਦੀਆਂ ਬਿਰਤੀਆਂ ਇਕਾਗਰ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਡਿਆਈ ਨਾਲ ਜੁੜ ਆਪਣੇ ਮਨੁੱਖਾ ਜਨਮ ਦਾ ਕੁਝ ਟਾਈਮ ਜਿੰਨਾ ਕੁ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ ਸਫਲ ਬਣਾਈਏ ਜੀ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਧੰਨ 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 ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਨ ਮਥੁਰਾ ਕੱਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਕੋਈ ਫਰਕ ਨਹੀਂ ਪਾਈ। ਧੰਨ 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 ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰਤੱਖ ਹਰ ਵਾਹਿਗੁਰੂ ਹੈ। ਪ੍ਰਤੱਖ ਵਾਹਿਗੁਰੂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੇ ਪ੍ਰਤੱਖ ਹਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰਤੱਖ ਗੁਰੂ ਨਿਸਤਾਰੇ ਆਪਣੇ ਬਚਨਾਂ ਦੁਆਰਾ, ਆਪਣੀ ਅੰਮ੍ਰਿਤ ਪਾਵਨ ਗੁਰਬਾਣੀ ਦੁਆਰਾ। ਬਾਣੀ ਗੁਰੂ, ਗੁਰੂ ਹੈ ਬਾਣੀ, ਉਹ ਜੋ ਪ੍ਰਤੱਖ ਹਰ ਵਾਹਿਗੁਰੂ ਹੈ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਰੂਪ ਹੋ ਕੇ ਨਿਸਤਾਰੇ ਨਿਸਪ੍ਰਪੰਚ ਤੋਂ ਤਾਰ ਦਿੰਦੇ ਹੈ। ਅੰਮ੍ਰਿਤ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਜਸ ਕਰਦਿਆਂ ਭੱਟਾਂ ਗੁਰਮੁਖਾਂ ਬ੍ਰਹਮ ਗਿਆਨੀ ਪੁਰਸ਼ਾਂ ਦਾ ਇਹ ਅੰਮ੍ਰਿਤ ਵਚਨ ਹੈ। ਅੰਤ ਨ ਪਾਵਤ ਦੇਵ ਸਵੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਫੁਨ ਵੇਦ ਵਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਇੱਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਤਰੀ।
ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੱਗ ਨੂੰ ਤਾਰਨ ਵਾਸਤੇ ਗੁਰ ਜੋਤ ਅਰਜਨ ਮਾਹੇ ਧਰੀ। ਐਸੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੇ ਜੀਵਾਂ 'ਤੇ ਮਿਹਰਾਮਤ ਕਰਦੇ ਗੁਰੂ ਕੇ ਸਿੱਖਾਂ ਬੇਨਤੀ ਕੀਤੀ, ਜਿਵੇਂ ਹੁਣ ਆਪਾਂ ਜੁੜ ਬੈਠੇ ਹਾਂ, ਇੱਦਾਂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਹਜ਼ੂਰ ਜਿੱਥੇ ਅੱਜ ਕੱਲ੍ਹ ਪਾਵਨ ਗੁਰਧਾਮ ਦੀਵਾਨ ਹਾਲ ਮੰਜੀ ਸਾਹਿਬ ਪਾਵਨ ਅਸਥਾਨ ਹੈ, ਸੱਚਖੰਡ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਮੰਜੀ ਸਾਹਿਬ ਦੀਵਾਨ ਹਾਲ ਦੇ ਸਨਮੁਖ ਥੜਾ ਸਾਹਿਬ ਗੁਰਧਾਮ ਹੈ, ਛੋਟਾ ਜਿਹਾ ਪਾਲਕੀ ਬਣੀ ਹੋਈ ਹੈ, ਉਸ ਪਾਵਨ ਅਸਥਾਨ 'ਤੇ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਪਾਵਨ ਗੁਰਬਾਣੀ ਜਦੋਂ ਗੁਰੂ ਕੇ ਸਿੱਖਾਂ ਨੇ ਜੋਦੜੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ 'ਤੇ ਆਉਂਦੇ ਨੇ, ਦਾਤਾਂ ਪ੍ਰਾਪਤ ਕਰਦੇ ਵਰੋਂ ਸੌਂਦੇ ਹੈ, ਪਰ ਦਾਤ ਪਿਆਰੀ ਵਿਸਰਿਆ ਦਾ ਤਾਰਾ, ਸੰਸਾਰ ਦੀ ਹਾਲਤ ਐਸੀ ਹੈ। ਮਹਾਰਾਜ, ਕਿੰਨਾ ਕੁ ਟਾਈਮ ਅਸੀਂ ਕਿਸੇ ਹੋਰ ਦਾ ਇੰਤਜ਼ਾਰ ਕਰਦੇ ਰਹਾਂਗੇ? ਸਾਨੂੰ ਸਾਡਾ ਭਲਾ ਕਰਨ ਵਾਸਤੇ ਮਹਾਰਾਜ ਐਸੇ ਅੰਮ੍ਰਿਤ ਬਚਨ ਹੀ ਆਪ ਆਪਣੇ ਮੁੱਖ ਤੋਂ ਉਚਾਰ ਦੇਵੋ, ਜਿਨ੍ਹਾਂ ਨੂੰ ਸੁਣ ਕੇ ਪੜ੍ਹ ਕੇ ਵਿਚਾਰ ਕੇ ਸਾਡਾ ਭਲਾ ਹੋਵੇ। ਤਰੁੱਠ ਪੇ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਗਰੀਬ ਨਿਵਾਜ ਮਹਾਰਾਜ ਰਹਿਮਤਾਂ ਦੇ ਘਰ ਵਿੱਚ ਆ, ਉਸ ਦੀਵਾਨ ਮੰਜੀ ਹਾਲ ਸਾਹਿਬ ਦੇ ਸਨਮੁਖ ਜੋ ਪਾਲਕੀ ਸਾਹਿਬ ਛੋਟੇ ਥੜੇ ਦੇ ਉੱਪਰ ਸੁਸ਼ੋਭਿਤ ਹੈ, ਯਾਦ ਅੰਦਰ ਉੱਥੇ ਸੁਸ਼ੋਭਿਤ ਹੋ ਕੇ ਸਤਿਗੁਰਾਂ ਨੇ ਇਹ ਸਾਡਾ ਜਗਤ ਦਾ ਭਲਾ ਕਰਨ ਵਾਸਤੇ ਇਹੋ ਜੀਓ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣੇ ਹੁਣ ਲੋਕ ਸਵਾਇਆ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਗਰੀਬ ਨਿਵਾਜ ਪਾਤਸ਼ਾਹ ਜੀ, ਜਿੱਡਾ ਵੱਡਾ ਹੈ ਹੀ ਨਹੀਂ ਕੋਈ, ਐਸਾ ਪਰਉਪਕਾਰ ਕਰ ਦਿੱਤਾ ਰਹਿੰਦੀ ਦੁਨੀਆ ਤੱਕ, ਦੁਨੀਆ ਨੂੰ ਤਾਰਨ ਵਾਲਾ ਉਹ ਸੱਚ ਹੁਕਮ ਤੁਮਾਰਾ ਅੰਮ੍ਰਿਤ ਬਾਣੀ ਬਖਸ਼ਿਸ਼ ਕੀਤੀ ਹੈ। ਪਰੰਪਰਾ ਤੋਂ ਹੀ ਗੁਰੂ ਕੇ ਅਥਵਾ
ਹਿੰਦੁਸਤਾਨ ਵਾਸੀਆਂ ਦਾ ਇਹ ਮਰਿਆਦਾ ਰਹੀ ਹੈ ਸਮੇਂ ਤੋਂ ਹੀ ਕਿ ਅੱਜ ਦੇ ਦਿਨ ਕਿਸੇ ਬਰਕਤ ਭਰੀ ਨਾਮ ਬੰਦਗੀ ਵਾਲੀ ਰੂਹ ਤੋਂ ਇਹ ਨਾਮ ਸੁਣਿਆ ਜਾਂਦਾ ਰਿਹਾ ਹੈ। ਸਭ ਤੋਂ ਬਰਕਤਾਂ ਭਰਪੂਰ ਰਸਨਾ ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ, ਜਿਹੜੀ ਜਗਤ ਨੂੰ ਤਾਰਨ ਵਾਲੀ ਹੈ। ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਐਸੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਲਯੁਗ ਨੂੰ ਤਾਰਦੇ, ਸਾਡੇ ਜੀਵਾਂ ਦਾ ਉਧਾਰ ਕਰਦੇ, ਆਪਣੀ ਪਾਵਨ ਬਰਕਤ ਭਰੀ ਰਸਨਾ ਤੋਂ ਅੰਮ੍ਰਿਤ ਬਖਸ਼ਿਸ਼ ਕਰਦੇ ਹੈ। ਮਨ ਵਿਰਤੀਆਂ ਵਿਰਤੀਆਂ ਇਕਾਗਰ ਕਰੀਏ ਜੀ, ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ। ਗਰੀਬ ਨਿਵਾਜ ਪਾਤਸ਼ਾਹ ਜੀ ਆਪਣੀ ਬਰਕਤ ਭਰੀ ਮੁਬਾਰਕ ਰਸਨਾ ਤੋਂ ਰਹਿਮਤਾਂ ਕਰਦੇ ਫਰਮਾਨ ਕਰਦਿਆ, ਫਲ ਗੁਣ ਆਨੰਦ ਉਪਾਰਜਨ, ਭਾਈ ਫੱਗਣ ਦੇ ਮਹੀਨੇ ਦੁਆਰਾ ਗਰੀਬ ਨਿਵਾਜ ਫਰਮਾਨ ਕਰਦਿਆ ਆਨੰਦ, ਦੁਨੀਆ 'ਤੇ ਆਨੰਦ ਦੀ ਪਰਿਭਾਸ਼ਾ ਚੰਗਾ ਛਕ ਲਿਆ, ਪਹਿਨ ਲਿਆ, ਦੁਨੀਆ ਦੇ ਸੁੱਖ ਮਾਣ ਲਏ। ਇੰਨੇ ਕੁ ਟਾਈਮ ਨੂੰ ਇਹੀ ਆਨੰਦ ਮੰਨਿਆ, ਪਰ ਗਰੀਬ ਨਿਵਾਜ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਆਨੰਦ ਦੀ ਪਰਿਭਾਸ਼ਾ ਆਪਣੇ ਪਾਵਨ ਮੁਖਾਰ ਬਿੰਦ ਤੋਂ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ, ਕਹਿੰਦਾ ਤਾਂ ਭਾਈ ਹਰ ਕੋਈ ਆਨੰਦ ਆਨੰਦ ਹੈ, ਪਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਤਾਂ ਉਦੋਂ ਹੁੰਦਾ ਜਦੋਂ ਸਤਿਗੁਰਾਂ ਦੇ ਦਰਸ਼ਨ ਹੋ ਜਾਣ, ਜਦੋਂ ਸਤਿਗੁਰਾਂ ਦੀ ਹਜ਼ੂਰੀ ਮਿਲ ਜਾਏ ਉਦੋਂ ਆਨੰਦ ਹੁੰਦਾ, ਕਿਉਂਕਿ ਤੁਧ ਘਰ ਵਧਾਈ ਵਧਾਈ ਆਨੰਦ ਤੁਧ ਘਰ, ਇਸੇ ਘਰ ਵਿੱਚ ਹੀ ਆਨੰਦ ਹੈ ਭਾਈ। ਦੁਨੀਆ ਗੁਰੂ ਘਰ ਨਾਲ ਟੱਕਰ ਲੈ ਲਈ, ਬਾਈ ਤਾਰ ਦੇ ਪਹਾੜੀਆਂ ਚੜ੍ਹ ਆਏ ਪੰਘਾਣੀ ਦੇ ਜੰਗ ਅੰਦਰ, ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਦਰ ਦਾ ਧਰਮ ਬਾਲਾਚਾਰਗੀ ਦਰਮਿਆਂ ਆਮਦਨ, ਅਤੇ ਚੂੰਕਾਰ ਆਜ ਹਮੈ ਹੀਲ ਤੇ ਦਰਗ ਜਸ਼ਤ ਹਲਾਲ ਅਸ਼ਤ ਬੁਰਦਨ ਬਾ ਸ਼ਮਸ਼ੀਰ ਦਸ਼ਤ, ਹਲਾਲ ਅਸ਼ਤ ਇਹ ਧਰਮ ਹੈ,
ਦਲੀਲ ਅਪੀਲ ਨੂੰ ਕੋਈ ਨਹੀਂ ਸੁਣਦਾ ਤਾਂ ਹਲਾਲ ਅਸ਼ਤ ਇਹ ਧਰਮ ਹੈ। ਤਲਵਾਰ ਦੇ ਮੁੱਠੇ 'ਤੇ ਹੱਥ ਜਾਵੇ ਭਾਈ, ਜ਼ੁਲਮ ਕਰਨਾ ਪਾਪ ਸਹਿਣਾ ਮਹਾਂ ਪਾਪ ਹੈ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਣ ਦੇ ਮੁਜੱਸਮੇ। ਸਾਹਿਬ ਸਤਿਗੁਰੂ ਕਲੰਗੀ ਧਰਦ ਸਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਸਿੰਘ ਭੁਚੰਗੀਆਂ ਨੇ ਉੱਥੇ ਫਿਰ ਇਤਿਹਾਸ ਸਿਰਜਿਆ, ਜਿਸ ਨੂੰ ਗੁਰੂ ਕਲੰਗੀ ਧਰ ਪਿਤਾ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਦੁਆਰਾ ਹਟੀ ਚੰਦ ਜੀ, ਜੀਤ ਮੱਲ ਜੀ, ਅਰਬਿਅੰਤ ਗੁਰੂ ਕੇ ਸਿੱਖਾਂ ਨੇ ਜਿਵੇਂ ਜੰਗ ਲੜਿਆ, ਸਵਾਮ ਧਰਮ ਨਿਭਾਇਆ, ਉਹਦਾ ਵਰਣਨ ਕੀਤਾ। ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਅੰਦਰ ਜੰਗ ਜਿੱਤਣ ਤੋਂ ਬਾਅਦ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਆਏ, ਉਹਨਾਂ ਸ਼ਹੀਦਾਂ ਗੁਰਮੁਖਾਂ ਦੀ ਯਾਦ ਅੰਦਰ ਜੋੜ ਮੇਲਾ ਕੀਤਾ। ਦੂਰੋਂ ਦੂਰੋਂ ਸੰਗਤਾਂ ਚੱਲ ਕੇ ਦਰਸ਼ਨਾਂ ਲਈ ਪਹੁੰਚੀਆਂ। 22 ਧਾਰ ਦੇ ਪਹਾੜਾਂ ਅੰਦਰ, 22 ਧਾਰ ਦੇ ਸੂਬਿਆਂ ਅੰਦਰ ਰੰਗੜ, ਗੁੱਜਰ, ਪਠਾਨ, ਤੁਰਕ, ਮੁਗਲ, ਬੜਾ ਭਾਰੀ ਨੁਕਸਾਨ ਹੋਇਆ। ਕਿਸੇ ਦਾ ਭਤੀਜਾ, ਕਿਸੇ ਦਾ ਪੁੱਤ, ਕਿਸੇ ਦਾ ਭਾਣਜਾ, ਕਿਸੇ ਦਾ ਜਵਾਈ, ਕਿਸੇ ਦਾ ਦੋਹਤਾ, ਕਿਸੇ ਦਾ ਪੋਤਾ, ਕਿਸੇ ਦਾ ਫੁੱਫੜ, ਕਿਸੇ ਦਾ ਮਾਸੜ, ਕਿਸੇ ਦਾ ਨਾਨਾ, ਕਿਸੇ ਦਾ ਮਾਮਾ, ਉਹਨਾਂ ਸਾਰਿਆਂ ਦੇ ਘਰਾਂ ਵਿੱਚ ਕੀਰਨੇ ਪੈ ਰਹੇ ਹੈ, ਚੀਕਾਂ ਰੌਲੀ ਹੈ। ਗੁਰੂ ਕੇ ਸਿੱਖ ਜਿੱਧਰੋਂ ਵੀ ਆਏ, ਅੱਠਾਂ ਖੂੰਜਿਆਂ ਚੋਂ, ਉੱਤਰ, ਦੱਖਣ, ਪੂਰਬ, ਪੱਛਮ, ਅਤੇ ਇਹਨਾਂ ਦੀਆਂ ਕੋਨਾਂ, ਈਸ਼ਾਨ, ਅਗਨ, ਜਿੱਧਰੋਂ ਵੀ ਕੋਈ ਗੁਰੂ ਕਾ ਸਿੱਖ ਆਇਆ, ਉਧਰੀ ਕੀਰਨੇ, ਉਧਰੀ ਤਾਹਾਂ, ਉਧਰੀ ਚੀਕਾਂ ਰੌਲੀ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਆਉਂਦਾ ਹੈ ਵੀ ਸਾਰਾ ਦੇਸ਼ ਰੋ ਰਿਹਾ ਹੈ ਅਤੇ ਗੁਰੂ ਘਰ ਦਾ ਪਤਾ ਨਹੀਂ ਕੀ ਹਾਲ ਹੋਵੇਗਾ, ਪਤਾ ਨਹੀਂ ਕੈਸੀ ਗੱਲਬਾਤ ਹੋਵੇਗੀ, ਕੋਈ ਗੁਰੂ ਕਾ ਸਿੱਖ ਉੱਥੇ ਰਿਹਾ ਹੋਵੇਗਾ ਜਾਂ ਨਹੀਂ। ਸਾਰਾ ਦੇਸ਼ ਰੋਈ ਜਾਂਦਾ ਜਿੱਧਰੋਂ ਕੋਈ ਆਉਂਦਾ, ਕੀਰਨੇ ਪੈਂਦੀਆਂ, ਆਵਾਜ਼ਾਂ ਆਉਂਦੀਆਂ, ਹੋਇਆ ਕੀ ਭਾਈ, ਇਹ ਗੁਰੂ ਘਰ 'ਤੇ ਚੜ੍ਹ ਕੇ ਗਏ ਸਨ, ਇਹਨਾਂ ਨੇ ਗੁਰੂ ਘਰ ਦਾ ਵਿਰੋਧ ਕੀਤਾ, ਇਹਨਾਂ ਨੇ ਗੁਰੂ ਘਰ ਨਾਲ ਵੈਰ ਕੀਤਾ। ਬਸ ਜਿੰਨੇ ਉਹ ਸਨ ਭਾਈ, ਉਹਨਾਂ ਸਾਰਿਆਂ ਦੇ ਘਰਾਂ ਦੀ ਦੁਰਦਸ਼ਾ, ਚੀਕਾਂ ਰੌਲੀ, ਧਾਹਾਂ, ਅਤੇ ਜਦੋਂ ਗੁਰੂ ਕੇ ਸਿੱਖ ਪਹੁੰਚੇ ਮਹਾਰਾਜ ਦੇ ਦਰਬਾਰ,
ਬੜੇ ਫਿਕਰਾਂ ਦੇ ਵਿੱਚ ਹੈ, ਪਰ ਜਦੋਂ ਦਰਸ਼ਨ ਕੀਤੇ ਇਸ ਦਰ ਦੀ ਮਰਿਆਦਾ ਉੱਦਾਂ ਦੀ, ਉੱਦਾਂ ਹੀ ਆਸਾ ਦੀ ਵਾਰ ਦੇ ਕੀਰਤਨ ਹੋ ਰਹੇ ਹੈ, ਉੱਦਾਂ ਹੀ ਦੀਵਾਨ ਸਜੇ ਹੈ, ਸਨੱਧ ਵੱਧ ਗੁਰੂ ਕੇ ਸੂਰਮੇ ਸਜੇ ਬੈਠੇ ਹੈ, ਕੀਰਤਨ ਦੀਆਂ ਧੁਨਾਂ ਸ਼ਹਿਬਰਾਂ ਲਾਈਆਂ ਹੋਈਆਂ ਆਸਾ ਦੀ ਵਾਰ ਦੇ ਕੀਰਤਨ ਨਾਲ, ਗੁਰਬਾਣੀ ਜਾਪ ਹੋ ਰਹੇ ਹੈ, ਬੰਦਗੀ ਵਾਲੀਆਂ ਰੂਹਾਂ ਸ਼ਾਂਤ ਬੈਠੀਆਂ, ਇਹੋ ਜਿਹਾ ਆਨੰਦਮਈ ਵਾਤਾਵਰਣ ਦੇਖ ਕੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਆਨੰਦ ਰਾਮ ਕਲੀ ਆਨੰਦ ਦੇ ਜਾਪ ਹੋਏ, ਉਦਾਂ ਹੀ ਆਨੰਦ ਪਿਆ ਮੇਰੀ ਮਾਂ ਆਏ ਸਤਿਗੁਰੂ ਮੈਂ ਪਾਇਆ। ਰਾਗੀ ਇੱਕ ਦੂਜੇ ਤੋਂ ਵੱਧ ਵੱਧ ਕੇ ਰੀਝ ਨਾਲ ਕੀਰਤਨ ਬੰਦਗੀ ਗਾ ਰਹੇ, ਜਦੋਂ ਸੁਣੇ ਅਰਦਾਸ ਬੇਨਤੀ ਤੋਂ ਬਾਅਦ ਗੁਰੂ ਕੇ ਸਹਿ ਕਹਿੰਦੇ, ਸੱਚੇ ਪਾਤਸ਼ਾਹ ਅਸੀਂ ਲੰਘ ਕੇ ਆਏ ਹਾਂ ਮਹਾਰਾਜ ਦੱਖਣ ਵੱਲੋਂ, ਕੋਈ ਆਖਦਾ ਪੂਰਬ ਤੋਂ ਆਏ ਪੱਛਮ ਤੋਂ ਆਏ ਮਹਾਰਾਜ ਅਸੀਂ, ਪਰ ਪਾਤਸ਼ਾਹ ਜਿਹੜੀ ਹਾਲਤ ਦੇਸ਼ ਦੀ ਹੈ ਉਸ ਮੁਤਾਬਕ ਗੁਰੂ ਘਰ ਦੇ ਆਨੰਦ ਵਿੱਚ ਕੋਈ ਫਰਕ ਨਹੀਂ, ਇਹ ਜਿਉਂ ਦਾ ਤਿਉਂ ਹੈ। ਗੁਰੂ ਘਰ ਵਿੱਚ ਉਹ ਆਨੰਦ ਉਸ ਤਰ੍ਹਾਂ ਦਾ ਹੀ ਬਰਕਰਾਰ ਹੈ। ਤਾਂ ਗੁਰੂ ਕਲਗੀਧਰ ਪਿਤਾ ਜੀ ਕਹਿਣ ਲੱਗੇ, ਭਾਈ ਇਹ ਪਰਮੇਸ਼ਵਰ ਗੁਰੂ ਨਾਨਕ ਦਾ ਘਰ ਹੈ, ਇੱਥੋਂ ਦਾ ਆਨੰਦ ਜੁਗੋ ਜੁਗ ਅਟਲ ਹੈ, ਇਸ ਆਨੰਦ ਨੂੰ ਦੁਨੀਆ ਦੀ ਕੋਈ ਸ਼ਕਤੀ ਭੰਗ ਕਰਨ ਵਾਲੀ ਨਹੀਂ ਜੰਮੀ। ਐਦਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਅਤੇ ਗੁਰੂ ਕੇ ਸਿੱਖਾਂ ਨੂੰ ਉਹ ਆਨੰਦ ਜੋ ਭਾਈ ਸਦੈਵ ਆਨੰਦ ਹੈ, ਉਹ ਆਨੰਦ ਦੇ ਦਾਤੇ ਨੇ। ਤੁਧ ਘਰ ਆਨੰਦ, ਵਧਾਈ ਤੁਧ ਘਰ, ਆਨੰਦ ਤਾਂ ਇਸ ਘਰ ਵਿੱਚ ਹੀ ਹੈ। ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਉਦੋਂ ਆਨੰਦ ਦੀ ਪ੍ਰਾਪਤੀ। ਪਾਤਸ਼ਾਹ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ, ਸਾਰੇ ਕਹਿੰਦੇ ਨੇ ਆਨੰਦ ਹੋ ਗਿਆ ਜੀ, ਆਨੰਦ ਆ ਗਿਆ ਜੀ, ਆਨੰਦ ਹੈ ਜੀ। ਪਰ ਪਾਤਸ਼ਾਹ ਕਹਿੰਦੇ ਆਨੰਦ ਗੁਰੂ ਤੋਂ ਜਾਣਿਆ, ਭਾਈ ਆਨੰਦ ਤਾਂ ਜੇ ਕਿਸੇ ਨੇ ਜਾਣਨਾ, ਆਨੰਦ ਤਾਂ ਜੇ ਕਿਸੇ ਨੇ ਜਾਣਿਆ ਉਹ ਗੁਰੂ ਤੋਂ ਹੀ ਹੈ, ਉਹ ਤਾਂ ਗੁਰੂ ਤੋਂ ਜਾਣਿਆ ਜਾਂਦਾ, ਗੁਰੂ ਤੋਂ ਪਤਾ ਲੱਗਦਾ ਆਨੰਦ ਕੀ ਹੈ। ਜਾਣਿਆ ਆਨੰਦ ਸਦਾ ਗੁਰ ਤੇ, ਉਹ ਸਦਾ ਆਨੰਦ ਹੈ ਜੋ ਸਦਾ ਆਨੰਦ। ਇੱਕ ਆਨੰਦ ਹੈ, ਦੋ ਪ੍ਰਸ਼ਾਦੇ ਛਕ ਲਏ ਆਨੰਦ ਹੈ, ਮਨ ਭਾਉਂਦਾ ਭੋਜਨ ਛਕ ਲਿਆ ਆਨੰਦ ਹੈ, ਪਰ ਭਾਈ ਹੈ ਕੁਛ ਘੜੀਆਂ ਦਾ, ਕੁਛ ਟਾਈਮ ਦਾ। ਪਰ ਪਾਤਸ਼ਾਹ ਜੀ ਕਹਿੰਦੇ ਭਾਈ ਸਦਾ ਆਨੰਦ ਹੈ ਜਿਹੜਾ, ਉਹ ਤਾਂ ਗੁਰੂ ਤੋਂ ਪਤਾ ਲੱਗਦਾ, ਉਹ ਤਾਂ ਗੁਰੂ ਤੋਂ ਜਾਣਿਆ ਜਾਂਦਾ। ਕਦੋਂ ਪਤਾ ਲੱਗਦਾ, ਕਦੋਂ ਜਾਣਿਆ ਜਾਂਦਾ? ਕਿਰਪਾ ਕਰੇ ਪਿਆਰਿਆ, ਜਦੋਂ ਆਪਣੇ ਪਿਆਰਿਆਂ 'ਤੇ ਕਿਰਪਾ ਕਰ ਦਿੰਦਾ ਵਾਹਿਗੁਰੂ। ਕਿਰਪਾ ਕਰੇ ਪਿਆਰਿਆ, ਧੰਨ ਗੁਰੂ ਕਲੰਗੀਧਰ ਪਿਤਾ ਜੀ ਮਹਾਰਾਜ ਕਹਿਣ ਲੱਗੇ, ਭਾਈ ਸਿਰ ਦੀ ਲੋੜ ਹੈ ਗੁਰੂ ਨਾਨਕ ਦੇ ਦਰ ਨੂੰ। ਇੱਕ ਨਿਤਰਿਆ, ਦੂਜਾ ਨਿਤਰਿਆ, ਤੀਜਾ ਨਿਤਰਿਆ, ਚੌਥਾ ਨਿਤਰਿਆ। ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੁਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਪੰਜਵੇਂ ਵੀ
ਜਦੋਂ ਨਿੱਤਰ ਗਏ ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਜਪ ਜੀ ਜਾਪ ਸਵਈਏ ਚੌਪੀ ਆਨੰਦ ਦਾ ਜਾਪ ਕੀਤਾ। ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸਾ ਸਦੈਵ ਆਨੰਦ ਹੈ ਜੋ ਉਹ ਗੁਰੂ ਕੇ ਖਾਲਸੇ ਨੂੰ ਬਖਸ਼ ਦਿੱਤਾ, ਆਪਣਾ ਰੂਪ ਦੇ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਇਹ ਆਨੰਦ ਹੈ। ਇਹ ਆਨੰਦ ਸਿਰ ਦੇ ਕੇ ਮਿਲਦਾ ਹੈ। ਉਹ ਆਨੰਦ ਆਪਣੇ ਪੰਥ ਨੂੰ ਦਿੱਤਾ ਗੁਰੂ ਕਲਗੀਧਰ ਪਿਤਾ ਜੀ ਨੇ। ਜਾਣਿਆ ਆਨੰਦ ਸਦਾ ਗੁਰ 'ਤੇ ਕਿਰਪਾ ਕਰੇ ਪਿਆਰਿਆ, ਜਦੋਂ ਆਪਣੇ ਪਿਆਰਿਆਂ 'ਤੇ ਕਿਰਪਾ ਕੀਤੀ। ਜਦੋਂ ਆਪਣੇ ਪਿਆਰਿਆਂ 'ਤੇ ਕਿਰਪਾ ਕਰਦਾ ਉਦੋਂ ਉਹ ਆਨੰਦ ਬਖਸ਼ਦੇ ਹੈ, ਜੋ ਸਦੈਵ ਆਨੰਦ ਬਣ ਜਾਂਦਾ ਹੈ। ਜੋ ਆਨੰਦ ਕਿਸੇ ਕਰਨੀ ਦਾ ਹੁੰਦਾ, ਜੋ ਆਨੰਦ ਕਿਸੇ ਮਰਿਆਦਾ ਸਿਸਟਮ ਦਾ ਹੈ, ਇਸ ਵਾਸਤੇ ਸਿੱਪੀ ਵਿੱਚੋਂ ਰਤਨ ਨਿਕਲਦੇ ਹੈ, ਮੋਤੀ ਨਿਕਲਦੇ ਹੈ, ਪਹਾੜ ਵਿੱਚੋਂ ਹੀਰੇ ਨਿਕਲਦੇ ਹੈ, ਚੰਦਨ ਵਿੱਚੋਂ ਸੁਗੰਧੀ ਆਉਂਦੀ ਹੈ, ਇਵੇਂ ਗੁਰਬਾਣੀ ਵਿੱਚੋਂ ਆਨੰਦ ਆਉਂਦਾ ਹੈ। ਗੁਰਬਾਣੀ ਵਿੱਚੋਂ ਆਨੰਦ ਪੈਦਾ ਹੁੰਦਾ ਹੈ, ਗੁਰਬਾਣੀ ਵਿੱਚੋਂ ਆਨੰਦ ਨਿਕਲਦਾ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਹੈ, ਆਨੰਦ ਦੀ ਪਰਿਭਾਸ਼ਾ ਭਾਈ ਜਦੋਂ ਕਿਰਪਾ ਕਰਦੇ ਹੈ ਵਾਹਿਗੁਰੂ ਸਤਿਗੁਰੂ, ਉਦੋਂ ਆਨੰਦ ਜਾਣਿਆ ਜਾਂਦਾ ਹੈ। ਉਹਦੀ ਨਿਸ਼ਾਨੀ ਕੀ ਹੈ? ਆਨੰਦ ਵਾਲਿਆਂ ਦੀ ਮਰਿਆਦਾ ਕਿਹੋ ਜਿਹੀ ਬਣ ਜਾਂਦੀ ਹੈ, ਆਨੰਦ ਵਾਲਿਆਂ ਦਾ ਆਚਾਰ ਵਿਹਾਰ ਕਿਹੋ ਜਿਹਾ ਹੁੰਦਾ। ਪਾਤਸ਼ਾਹ ਕਹਿੰਦੇ ਕਰ ਕਿਰਪਾ ਕਿਲ ਵਿਖ ਕੱਟੀ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਇਸ ਤਰ੍ਹਾਂ ਦੀ ਮਰਿਆਦਾ ਹੁੰਦੀ ਹੈ ਭਾਈ। ਉਹਨਾਂ ਦੇ ਕਿਲ ਵਿਖ, ਉਹਨਾਂ ਦੀ ਪਾਪ ਵਾਲੀ ਸੁਰਤ ਵਿਰਤ, ਮਰਿਆਦਾ, ਆਚਾਰ ਵਿਹਾਰ, ਕਰਮ ਉਹੇ ਜੇ, ਉਹ ਉਹਨਾਂ ਦੇ ਭਾਈ ਕੱਟੇ ਜਾਂਦੇ ਹੈ। ਉਹਨਾਂ ਦੀ ਕਰਨੀ ਵਿੱਚ ਸਾਚਾ ਬੋਲ ਪੂਰਾ ਤੋਲ, ਆਣਦਿਨ ਸੁਕ੍ਰਿਤ ਕਰੀਏ, ਇਸ ਤਰ੍ਹਾਂ ਦੀ ਮਰਿਆਦਾ ਬਣ ਜਾਂਦੀ ਹੈ ਉਹਨਾਂ ਦਾ ਜੋ ਜੀਵਨ ਹੈ, ਐਸਾ ਹੁੰਦਾ ਹੈ। ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਉਹਨਾਂ ਨੂੰ ਗੁਰਬਾਣੀ ਇਸ ਜੱਗ ਮਹਿ ਚਾਨਣ, ਐਸੇ ਗਿਆਨ ਦਾ ਅੰਜਨ ਕਹੀਏ ਸੁਰਮਾ ਨੇਤਰਾਂ ਦੇ ਵਿੱਚ ਸਾਰਿਆ ਪ੍ਰਾਪਤ ਹੋ ਜਾਂਦਾ, ਸੌਰ ਆਉਂਦਾ, ਬਣ ਆਉਂਦਾ, ਜਿਸ ਦੀ ਬਦੌਲਤ ਉਹਨਾਂ ਦੇ ਕਰਮ ਨਿਰਮਲ ਹੋ ਜਾਂਦੇ ਹੈ। ਨਾਨਕ ਪਾਤਸ਼ਾਹ ਕਹਿੰਦੇ ਸਾਧ ਨਾਮ ਨਿਰਮਲ ਤਾ ਕੇ ਕਰਮ, ਐਸੇ ਨਿਰਮਲ ਕਰਮ ਹੋ ਜਾਂਦੇ ਹੈ ਉਹਨਾਂ ਦੇ ਕਰਮ। ਗਿਆਨ ਇੰਦਰੇ, ਕਰਮ ਇੰਦਰੇ, ਉਹ ਕਿਸੇ ਪ੍ਰਕਾਰ ਦੀ ਮੈਲ ਨੂੰ ਨਹੀਂ ਵਿਹਾਜਦੇ। ਸੁਣੋ ਸਤ ਬਾਣੀ, ਇਹੋ ਹਰ ਕਾ ਰੂਪ ਹੈ, ਹਰ ਰਸ ਪਾਏ ਪੱਲੇ। ਉਹਨਾਂ ਦੇ ਇੰਦਰੀਆਂ ਦੀ ਮਰਿਆਦਾ ਐਸੀ ਸ਼ੁੱਭ ਹੋ ਜਾਂਦੀ ਹੈ,
ਕਰਮ ਹੈ ਜੋ ਉਹਨਾਂ ਦੇ ਇੰਦਰੀਆਂ ਦੇ ਸਰੀਰ ਦੇ ਉਹ ਐਸੇ ਸ਼ੁੱਧ ਹੋ ਜਾਂਦੇ ਹੈ। ਕਰ ਕਿਰਪਾ ਕਿਲ ਵਿਹ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ। ਉਹਨਾਂ ਦਾ ਅੰਦਰਲਾ ਮੋਹ ਟੁੱਟ ਜਾਂਦਾ ਹੈ, ਬਾਹਰਲਾ ਮੋਹ ਤਾਂ ਭਾਈ ਆਪਣੇ ਕਈ ਕਾਰਨਾਂ ਕਰਕੇ ਸਾਨੂੰ ਤੋੜਨਾ ਪੈਂਦਾ ਹੈ, ਪਰ ਇੱਕ ਅੰਦਰਲੀ ਤਾਰ ਹੁੰਦੀ ਹੈ ਹਰ ਟਾਈਮ ਖੜਕਦੀ ਰਹਿੰਦੀ ਹੈ। ਵਿਦੇਸ਼ਾਂ ਵਿੱਚ ਗਏ ਆ, ਹੋ ਗਏ 5-10 ਸਾਲ, ਪਰ ਆਪਣੇ ਪੁੱਤਰ ਧੀ ਪਰਿਵਾਰ ਦੀ ਯਾਦ ਅੰਦਰ ਜਿਹੜੀ ਚੱਲ ਰਹੀ ਹੈ ਉਹ ਅੰਦਰਲੀ ਤਾਰ ਹੈ, ਉਹ ਨਹੀਂ ਟੁੱਟਦੀ ਕਿਸੇ ਦੀ। ਜਦੋਂ ਗੁਰੂ ਕਿਰਪਾ ਕਰਦੇ ਆ ਉਦੋਂ ਅੰਦਰਲੀ ਉਹ ਤਾਰ ਤੋੜ ਦਿੰਦੇ ਹੈ ਜਿਹੜੀ ਹਰ ਟਾਈਮ ਖੜਕਦੀ ਰਹਿੰਦੀ ਹੈ, ਜਿਸ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਮਹਾਂਵਾਕ, ਪੰਕ ਜੋ ਮੋਹ ਪਗ ਨਹੀਂ ਚੱਲ ਹਮ ਦੇਖਾ ਤਹਿ ਡੂਬੀ ਅਲੇ। ਭਾਈ ਮੋਹ ਰੂਪੀ ਚਿੱਕੜ ਦੇ ਵਿੱਚੋਂ ਇਹ ਜੀਵ ਇੱਕ ਕਦਮ ਨਹੀਂ ਚੱਲਿਆ, ਇੱਕ ਕਦਮ ਅਸੀਂ ਵੇਖਿਆ ਮੋਹ ਵਿੱਚੋਂ ਜਨਮਿਆ ਅਤੇ ਮੋਹ ਦੇ ਵਿੱਚ ਹੀ ਅੰਤ ਨੂੰ ਭਾਈ ਮਰ ਗਿਆ, ਖਪ ਗਿਆ, ਉੱਥੇ ਡੁੱਬ ਰਹੇ ਹੈ। ਅਤੇ ਪਾਤਸ਼ਾਹ ਕਹਿੰਦੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਸੱਚੇ ਅੰਮ੍ਰਿਤ ਪਾਵਨ ਗੁਰਬਾਣੀ ਸ਼ਬਦ ਨੇ ਉਹਨਾਂ ਦਾ ਅੰਦਰ ਸਵਾਰ ਦਿੱਤਾ, ਵਿੱਚੋਂ ਮਾਰ ਕੱਢੀਆਂ, ਬੁਰਿਆਈਆਂ ਦੂਰ ਕਰ ਦਿੱਤੀਆਂ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਪਾਤਸ਼ਾਹ ਕਹਿੰਦੇ ਆਹ ਆਨੰਦ ਹੈ ਭਾਈ, ਆਹ ਇਹੋ ਹੀ ਆਨੰਦ ਹੈ। ਪਰ ਇਹ ਆਨੰਦ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਜਾਣਿਆ, ਗੁਰਬਾਣੀ 'ਚੋਂ ਜਾਣਿਆ। ਇਸ ਵਾਸਤੇ ਗੁਰੂ ਕਲਗੀਧਰ ਪਿਤਾ ਜੀ ਕਹਿਣ ਲੱਗੇ ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਲੇਹੇ। ਭਾਈ ਸ਼ਬਦ ਖੋਜ ਲਿਓ, ਸ਼ਬਦ ਇਹ ਆਨੰਦ ਇੱਥੇ ਹੈ। ਤਾਂ ਗਰੀਬ ਨਿਵਾਜ ਫਰਮਾਨ ਕਰਦਿਆ ਫਲਗੁਣ ਆਨੰਦ ਉਪਾਰ ਜਨਾ ਫੱਗਣ ਦੇ ਮਹੀਨੇ ਦੁਆਰਾ। ਭਾਈ ਉਹਨਾਂ ਨੂੰ ਆਨੰਦ ਉਪਾਰ ਜਨਾ, ਉਹਨਾਂ ਜਨਾਂ ਦੇ ਹਿਰਦਿਆਂ ਅੰਦਰ ਉਪਾਰ ਪ੍ਰਗਟ ਹੋਇਆ, ਪੈਦਾ ਹੋਇਆ, ਉਪਜਿਆ ਉਹਨਾਂ ਦੇ ਅੰਦਰ। ਹਰ ਸੱਜਣ ਪ੍ਰਗਟੇ ਉਹ ਆਨੰਦ ਕੀ ਸੀ? ਉਹ ਆਨੰਦ, ਕਿਉਂਕਿ ਆਨੰਦ ਦਾ ਕੋਈ ਕਾਰਨ ਹੁੰਦਾ ਹੈ। ਵਿਆਹ ਸਮਾਗਮ ਚੱਲਦੇ ਆ, ਖੁਸ਼ੀਆਂ ਦੇ ਸਾਡੇ ਅੰਦਰ ਚਾਅ ਪੈਦਾ ਹੋ ਰਹੇ ਹੈ, ਕੋਈ ਇਹੋ ਜਿਹਾ ਉਤਸਵ ਹੈ ਸਾਡੇ ਅੰਦਰ ਚਾਅ ਪੈਦਾ ਹੋ ਰਹੇ ਹੈ, ਐਦਾਂ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ। ਬਾ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਹਰ ਸੱਜਣ ਪ੍ਰਗਟੇ ਆਏ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਯੋਗੋ। ਸਾਰੇ ਕਾਰਨਾਂ ਨੂੰ ਕਰਨ ਦੇ ਯੋਗ ਵਾਹਿਗੁਰੂ ਆਪ ਮਿਲਿਆ, ਅਤੇ ਜਦੋਂ ਆਪ ਮਿਲਿਆ ਹਰ ਸੱਜਣ ਪ੍ਰਗਟੇ ਆਏ, ਹਰੀ ਸੱਜਣ ਆਪ ਪ੍ਰਗਟ ਹੋਏ ਪ੍ਰਤੱਖ ਹੋਏ, ਤਾਂ ਆਨੰਦ ਉਪਾਰ ਜਨਾ, ਤਾਂ ਆਨੰਦ ਹੈ ਜੋ ਉਹ ਉਪਾਰ ਜਨਾ ਕਹੀਏ ਪੈਦਾ ਹੋ ਗਿਆ, ਪ੍ਰਗਟ ਹੋ ਗਿਆ, ਕਿਉਂਕਿ ਹਰ ਵਾਹਿਗੁਰੂ ਸੱਜਣ ਪ੍ਰਗਟੇ ਆਏ, ਆ ਪ੍ਰਗਟੇ ਹੈ ਜੀ। ਸੰਤ ਸਹਾਈ ਰਾਮ ਕੇ
ਕਰ ਕਿਰਪਾ ਦੀਆ ਮਿਲਾਏ। ਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਦੂਸਰਾ ਇਸ ਦੇ ਵਿੱਚ ਸਹਾਇਤਾ ਦੀ ਗੱਲ ਕੀਤੀ ਹੈ। ਭਾਈ ਉਹ ਹਰੀ ਸੱਜਣ ਵਾਹਿਗੁਰੂ ਕਦੋਂ ਪ੍ਰਗਟ ਹੋਇਆ ਆ ਕੇ, ਇਹਦੇ ਵਿੱਚ ਕਿਹਦਾ ਯੋਗਦਾਨ ਰਿਹਾ, ਕਿਹਨੇ ਸਹਾਇਤਾ ਕੀਤੀ ਇੰਨੇ ਵੱਡੇ ਸੱਚ ਨਾਲ ਮੇਲਣ ਦੀ, ਉਹਦੀ ਸੋਝੀ ਦੇਣ ਦੀ। ਤਾਂ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਆ, ਸੰਤ ਕਿਸੇ ਭੇਖ ਦਾ ਅਡੰਬਰ ਦਾ ਨਾਮ ਸੰਤ ਨਹੀਂ ਹੈ ਭਾਈ। ਸੰਤ ਸਿਰਫ ਤੇ ਸਿਰਫ ਇੱਕ ਰਹਿਣੀ ਕਰਨੀ ਮਰਿਆਦਾ, ਸੰਤ ਇੱਕ ਉਹ ਸੱਚ ਨੂੰ ਪ੍ਰਾਪਤ ਹੋਈ ਆਤਮਾ ਦਾ ਨਾਮ ਹੈ, ਜਿਹਦੀ ਵਿਆਖਿਆ ਗੁਰਬਾਣੀ ਅੰਦਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਹਨੂੰ ਬਸ ਭੁੱਲਦਾ ਨਹੀਂ, ਕਦੋਂ ਨਾ ਆਉਂਦੇ ਸਵਾਸ ਵਿੱਚ ਅਤੇ ਨਾ ਜਾਂਦੇ ਸਵਾਸ ਵਿੱਚ, ਜਿਹੜਾ ਬਿਲਕੁਲ ਨਹੀਂ ਭੁੱਲਣ ਦਿੰਦਾ ਉਹਨੂੰ ਸੰਤ ਆਖਿਆ। ਅੱਜ ਤਾਂ ਪੂਰਨ ਬ੍ਰਹਮ ਗਿਆਨੀ ਪੂਰਨ ਸੰਤ ਬਣ ਕੇ ਦੁਨੀਆਂ ਨੂੰ ਲੁੱਟਣ ਤੋਂ ਬਾਅਦ ਅੱਜ ਕਹਿੰਦੇ ਭਾਈ ਅਸੀਂ ਤਾਂ ਭਾਈ ਸਾਹਿਬ ਹੈ। ਉਹ ਭਲਿਆ ਲੋਕਾਂ, ਜੇ ਸੰਤ ਬਣਿਆ ਸੀ ਹੁਣ ਅੱਗੇ ਨੂੰ ਵੱਧ ਪਿੱਛੇ ਨੂੰ ਕਿਉਂ ਆਉਣਾ? ਪਾਤਸ਼ਾਹ ਕਹਿੰਦੇ ਅੱਗਾਂ ਹੰਕੂ ਤਰਾਂਗ ਪਿੱਛੇ ਫੇਰਨਾ ਮੋਹਡੜਾ, ਹੁਣ ਆਪਣੀ ਭੁੱਲ ਨੂੰ ਕਿਉਂ ਕਬੂਲਦੇ? ਗੁਰੂ ਦੇ ਪੰਥ ਨੂੰ ਗਮਰਾਹ ਕੀਤਾ। ਮਰਿਆਦਾ ਤਾਂ ਇਹ ਹੈ ਇਸ ਦਰ ਦੀ, ਭੁੱਲ ਤਾਂ ਇੱਥੇ ਕਾਹਦੀ ਭੁੱਲ ਹੈ ਭਾਈ, ਉਦੋਂ ਅੱਗੇ ਵੱਧ ਕੋਈ ਕਰਨੀ ਇਹੋ ਜਿਹੀ ਹੋਵੇ ਤੇਰੀ ਅਗਾਂਹ ਵਾਲੀ, ਇਹ ਕਿਉਂ ਕਹਿਣਾ ਪਵੇ? ਜੇ ਸੰਤ ਕਹਾਇਆ ਸੀ ਕਿਹੜਾ ਵੀ ਮਾੜਾ ਕੰਮ ਕੀਤਾ ਸੀ ਤੂੰ? ਜੇ ਕਿਸੇ ਦਿਨ ਸੰਤ ਲਿਖਾਇਆ ਸੀ, ਹੁਣ ਬਣ ਕੇ ਵਿਖਾ ਦੇ ਗੁਰਬਾਣੀ ਨੇ ਮੰਨਿਆ ਉਸ ਸੱਚ ਨੂੰ, ਤੂੰ ਉਹ ਆਪਣੀ ਕਰਨੀ ਉਹ ਜਿਹੀ ਕਰਕੇ ਜਾ, ਤੂੰ ਉਦੋਂ ਘਟੀਆ ਗੱਲ ਕਰੀ ਜਾਂਦਾ। ਇਹ ਤਾਂ ਸ਼ਬਦ ਜਦੋਂ ਮੈਂ ਆਪਣੇ 'ਤੇ ਧਾਰਨ ਕੀਤਾ ਜੀ ਉਦੋਂ ਜੇ ਉਹ ਮੂਰਖਾ, ਤੂੰ ਧਾਰਨ ਕਿਉਂ ਕੀਤਾ, ਇਹ ਕਿਉਂ ਲਵੰਤਾ ਲਾਈ ਆਪਣੇ ਨਾਮ ਨਾਲ? ਜੇ ਲਾਈ ਤਾਂ ਹੁਣ ਇਹ ਤਾਂ ਫਿਰ ਮਰ ਜਾ ਇਸ ਸ਼ਬਦ 'ਤੇ, ਕੁਰਬਾਨ ਹੋ ਜਾ ਇਸ ਸ਼ਬਦ ਤੋਂ। ਦੁਨੀਆਂ ਆਖੇ ਵੀ ਹਾਂ ਕਿਸੇ ਨੇ ਭੁੱਲ ਭੁਲੇਖੇ ਸ਼ਬਦ ਵਰਤਿਆ, ਕੋਈ ਕਰਨੀ ਦਾ ਨਾਮ ਹੈ ਸਾਡੇ ਪੰਥ ਅੰਦਰ ਗੁਰੂ ਨਾਨਕ ਦੇ ਦਰ ਅੰਦਰ, 51 ਦਾ ਨਾਮ ਨਹੀਂ ਹੈ। ਕਿਸੇ ਦਿਨ ਪੂਰਾ, ਕਿਸੇ ਦਿਨ ਬਿਲਕੁਲ ਹੀ ਨਿੰਦਿਆ। ਤਾਂ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਆ, ਸੰਤ ਅਰ ਸੰਤ ਇੱਕ ਭੇਖ ਦਾ ਨਾਮ ਹੈ, ਸੰਤ ਇੱਕ ਕਰਨੀ ਦਾ ਨਾਮ ਹੈ, ਭੇਖ ਦਾ ਨਾਮ ਨਹੀਂ। ਹਾਂ ਅੱਜ ਭਾਈ ਸੰਤ ਸ਼ਬਦ ਇੱਕ ਭੇਖ ਬਣ ਗਿਆ, ਅੱਜ ਸੰਤ ਨਾਮ ਇੱਕ ਪਹਿਚਾਣ ਜੀ ਬਣਾ ਲਈ, ਕਰਨੀ ਇੱਕ ਪ੍ਰਸੈਂਟ ਵੀ ਨਹੀਂ ਉਹ, ਚੇਤੇ ਵਾਹਿਗੁਰੂ ਦਾ ਇੱਕ ਸਿਣ ਵੀ ਯਾਦ ਨਹੀਂ ਹੈ, ਪਰ ਮੂਹਰੇ ਆਪਣੇ ਨਾਮ ਨਾਲ ਸੰਤ ਜ਼ਰੂਰ ਲੱਗਣਾ ਚਾਹੀਦਾ। ਦਰਸ਼ਨ ਕਰਦੇ ਰਹੇ ਹਾਂ ਸਾਧੂਆਂ ਨਾਲ ਭਾਈ, ਸਾਧੂਆਂ ਦੇ ਜੇ ਸਟੇਜ 'ਤੇ ਸੈਕਟਰੀ ਸਾਹਿਬ ਕਹਿ ਦਿੰਦੇ ਸੀ ਤਾਂ ਸੰਤ ਫਲਾਨਾ ਸਿੰਘ ਜੀ
ਤਾਂ ਕੰਨਾਂ ਨਾਲ ਸੁਣਿਆ ਹੋਇਆ ਉਹਨਾਂ ਨੇ ਸੈਕਟਰੀ ਸਾਹਿਬ ਨੂੰ ਉੱਥੇ ਕਹਿ ਦੇਣਾ, ਉਹ ਭਾਈ ਇਹ ਸ਼ਬਦ ਨਾ ਬੋਲੀ, ਇਹ ਸ਼ਬਦ ਤਾਂ ਧੰਨ 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 ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਉਹਨਾਂ ਵਾਸਤੇ ਹੀ ਹੈ। ਇਹ ਸ਼ਬਦ ਤਾਂ ਧੰਨ ਧੰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਵਾਸਤੇ ਹੀ ਹੈ। ਆਹ ਮੇਰੇ ਜਿਉਂਦੇ ਵਾਸਤੇ ਅਜੈ ਸੋ ਨਾਉ ਸਮੁੰਦਰ ਮੈਂ, ਸੰਤ ਸ਼ਬਦ ਮੇਰੇ ਵਾਸਤੇ ਨਹੀਂ ਹੈ। ਇਹ ਕਰਨੀ ਸੀ ਭਾਈ ਉਦੋਂ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਸੰਤ ਹੈ ਉਹ ਤਾਂ ਰਾਮ ਵਾਹਿਗੁਰੂ ਪਰਮੇਸ਼ਵਰ ਦੇ ਮਿਲਾਪ ਦਾ ਸਹਾਈ ਹੁੰਦਾ, ਕਿਉਂਕਿ ਸੰਤ ਸਾਸ ਗਰਾਸ ਨਹੀਂ ਭੁੱਲਦਾ ਰੱਬ ਨੂੰ ਵਾਹਿਗੁਰੂ ਨੂੰ। ਪਾਤਸ਼ਾਹ ਕਹਿੰਦੇ ਫਰਮਾਨ ਕਰਦਿਆ ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ, ਉਹ ਪੂਰਾ ਸੰਤ ਹੈ ਭਾਈ। ਐਸਾ ਜਿਹੜਾ ਪੂਰਾ ਸੰਤ ਹੈ ਉਹ ਫਿਰ ਸਹਾਇਤਾ ਕਰਦਾ, ਉਹ ਆਪਣਾ ਡੇਰਾ ਬਣਾਉਣ ਵਿੱਚ ਸਹਾਇਤਾ ਨਹੀਂ ਕਰਦਾ, ਕੋਈ ਅਡੰਬਰ ਦੀ ਖੇਡ ਖੇਡਣ ਵਿੱਚ ਨਹੀਂ ਭਾਈ, ਉਹ ਰਾਮ ਦੇ ਮਿਲਾਪ ਵਿੱਚ ਸਹਾਇਤਾ ਕਰਦਾ, ਰੱਬ ਦੇ ਮਿਲਾਪ ਵਿੱਚ ਸਹਾਇਤਾ ਕਰਦਾ, ਵਾਹਿਗੁਰੂ ਦਾ ਮਿਲਾਪ ਕਰਵਾਉਂਦਾ ਉਹ। ਇਹ ਸੰਤ ਦੀ ਜ਼ਿੰਮੇਵਾਰੀ ਆਖੋ ਆਪਾਂ, ਸੰਤ ਦਾ ਜੀਵਨ ਐਸਾ ਹੁੰਦਾ ਉਹ ਟੁੱਟਿਆਂ ਨੂੰ। ਇਸੇ ਵਾਸਤੇ ਪਾਤਸ਼ਾਹ ਜੀ ਦਾ ਮਹਾਂਵਾਕ ਹੈ, ਨਾਨਕ ਕੱਚੜਿਆਂ ਸਿਉਂ ਤੋੜ ਅਤੇ ਢੂੰਡ ਮਹਾਰਾਜ ਕਹਿੰਦੇ ਲੱਭ ਲਾ, ਲੱਭਣ ਵਾਸਤੇ ਆਖਿਆ ਲੱਭ ਲਈ ਭਾਈ। ਸੱਜਣ ਸੰਤ ਪੱਕਿਆ, ਕਿਸੇ ਪੱਕੇ ਨੂੰ ਲੱਭੀ, ਕਿਉਂਕਿ ਉਹ ਸੱਜਣ ਹੁੰਦਾ ਸੱਜਣ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਸੱਜਣ ਕਿਸ ਗੱਲ ਦਾ ਹੁੰਦਾ ਭਾਈ? ਸੰਤ ਸਹਾਈ ਰਾਮ ਕੇ, ਉਹ ਵਾਹਿਗੁਰੂ ਪਰਮੇਸ਼ਵਰ ਦੇ ਮਿਲਾਪ ਕਰਾਉਣ ਦਾ ਸੱਜਣ ਹੁੰਦਾ, ਐਸਾ ਸੱਜਣ ਹੁੰਦਾ ਸੰਤ, ਅਧੂਰਾ ਨਹੀਂ ਛੱਡਦਾ। ਸੰਤ ਸਹਾਈ ਰਾਮ ਕੇ, ਉਸ ਵਾਹਿਗੁਰੂ ਪਰਮੇਸ਼ਵਰ ਦੇ ਮਿਲਾਪ ਵਿੱਚ ਹਰ ਸੱਜਣ ਪ੍ਰਗਟੇ ਆਏ। ਹਰੀ ਸੱਜਣ ਕਦੋਂ ਪ੍ਰਗਟ ਹੋ ਆਏ? ਜਦੋਂ ਰਾਮ ਵਾਹਿਗੁਰੂ ਪਰਮੇਸ਼ਵਰ ਦੇ ਮਿਲਾਪ ਵਿੱਚ ਜੋ ਸਹਾਈ ਹੈ ਸੰਤ, ਉਹਨਾਂ ਨੇ ਕਰ ਕਿਰਪਾ ਦੀਆ ਮਿਲਾਏ, ਕਰ ਕਿਰਪਾ, ਉਹਨਾਂ ਨੇ ਕਿਰਪਾ ਕਰਕੇ, ਰਹਿਮਤ ਕਰਕੇ, ਤਰਸ ਕਰਕੇ ਦੀਆ ਮਿਲਾਏ। ਉਹ ਹਰੀ ਸੱਜਣ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਮਿਲਾਏ ਦੀਆ, ਮਿਲਾਪ ਕਰਵਾ ਦਿੱਤਾ ਹੈ ਜੀ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ। ਹੁਣ ਤਾਂ ਅੰਤਸਕਰਨ ਰੂਪੀ ਸੇਜ ਹੈ ਜਿਹੜੀ, ਮਨ ਬੁੱਧ ਚਿੱਤ ਇਹ ਸੇਜ ਹੈ ਜਿਹੜੀ, ਇਹ ਵੀ ਸੁਹਾਵੀ ਹੋ ਗਈ ਹੈ। ਮਨ ਵਿੱਚ ਵੀ ਵਾਹਿਗੁਰੂ ਪਰਮੇਸ਼ਵਰ ਦਾ ਨਿਵਾਸ ਹੈ। ਲਾਇ ਰਹਾਂ ਲਿਵ ਤਾਰ, ਉਹ ਮਨ ਦੀ ਜਿਹੜੀ ਤਾਰ ਹੈ ਲਿਵ ਦੀ, ਉਹ ਵੀ ਵਾਹਿਗੁਰੂ ਨਾਮ ਦੀ ਹੈ। ਇਸ ਵਾਸਤੇ ਬੁੱਧੀ ਦੇ ਅੰਦਰ ਜੋ ਵੀ ਹੁਣ ਸਿਆਣਪ ਪੈਦਾ ਹੁੰਦੀ ਹੈ,
ਉਹ ਵੀ ਐਸੀ ਹੈ ਵੀ ਜਿਨ੍ਹਾਂ ਯਤਨਾਂ ਦੁਆਰਾ, ਜਿਨ੍ਹਾਂ ਸਿਆਣਪਾਂ ਦੁਆਰਾ ਕੋਈ ਵਾਹਿਗੁਰੂ ਦੇ ਦਰ ਘਰ ਦੀ ਸੋਝੀ, ਵਾਹਿਗੁਰੂ ਦੇ ਦਰ ਘਰ ਦੀ ਮਰਿਆਦਾ, ਉੱਥੋਂ ਦਾ ਗਿਆਨ, ਕੋਈ ਸੇਵਾ ਵਾਲੀ ਮੱਤ, ਕੋਈ ਇਹੋ ਜਿਹੀ ਮੱਤ, ਕਿਉਂਕਿ ਜੀਵਨ ਦੇ ਜਿੰਨਾ ਸਿਸਟਮ ਹੈ ਇਹ ਬੁੱਧੀ ਚਲਾਉਂਦੀ ਹੈ। ਖੇਤੀ ਕਰਦਿਆਂ ਬੁੱਧ ਨਾ ਕਰਦਿਆਂ, ਘਰ ਪਰਿਵਾਰ ਚਲਾਉਣੇ ਆ ਪਾਲਦਿਆਂ ਬੁੱਧ ਨਾ ਪਾਲਦੇ ਹਾਂ, ਕੋਈ ਆਪਣਾ ਕਾਰੋਬਾਰ ਖੜ੍ਹਾ ਕਰਦਿਆਂ ਬੁੱਧੀ ਦਾ ਸਿਆਣਪ ਗਿਆਨ ਹੈ ਇਹ। ਇਵੇਂ ਹੀ ਪਾਤਸ਼ਾਹ ਜੀ ਨੇ ਇਸੇ ਵਾਸਤੇ ਬਚਨ ਕੀਤਾ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ। ਅਕਲ ਦੀ ਗੱਲ ਆਖੀ ਹੈ ਮਹਾਰਾਜ ਨੇ, ਕਹਿੰਦੇ ਭਾਈ ਅਕਲ ਨਹੀਂ ਸੇਵਾ ਹੁੰਦੀ ਹੈ। ਅਤੇ ਗੁਰਬਾਣੀ ਅੰਦਰ ਪਾਤਸ਼ਾਹ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਮਲ ਭੰਨੇ। ਸਤਿਗੁਰੂ ਦਾ ਮਨ ਕਦੋਂ ਮੰਨੇਗਾ? ਜਦੋਂ ਕੋਈ ਅਕਲ ਦੀ ਸੇਵਾ ਹੋਵੇਗੀ ਉਦੋਂ ਮਨ ਮੰਨਦਾ ਸਤਿਗੁਰੂ ਦਾ। ਏਸੀ ਪੋਹ ਮਾਘ ਦੇ ਦਿਨਾਂ 'ਚ ਲਾ ਦਿਆਂਗੇ, ਮਹਾਰਾਜ ਦਾ ਮਨ ਨਹੀਂ ਮੰਨੇਗਾ। ਇਸ ਵਾਸਤੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਭਾਈ ਸੇਜ ਬੁੱਧ ਵੀ, ਬੁੱਧੀ ਅੰਦਰ ਦਾ ਜੋ ਸਿਆਣਪ ਗਿਆਨ ਹੈ ਉਹ ਵੀ ਇਹੋ ਜਿਹਾ ਹੀ ਬਣ ਗਿਆ। ਚਿੱਤ ਪਾਤਸ਼ਾਹ ਕਹਿੰਦੇ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਯਾਦ ਹੈ ਤਾਂ ਚੇਤ, ਤਾਂ ਫਿਰ ਯਾਦ ਕਰ ਭਾਈ, ਹਰ ਟਾਈਮ ਯਾਦ ਰੱਖ। ਕਿਹਨੂੰ? ਸੱਚਾ ਸਾਹਿਬ ਅਕਾਲ ਪੁਰਖ ਵਾਹਿਗੁਰੂ, ਸੋ ਉਹ ਧਣੀ ਮਾਲਕ ਹੈ ਤੇਰਾ। ਇਸ ਗੱਲ ਨੂੰ ਯਾਦ ਰੱਖ। ਸਹਿਜ ਸੁਹਾਵੀ ਅਤੇ ਚਤੁਸ਼ਟੇ ਕਰਨ ਦਾ ਵਿਦਵਾਨਾਂ ਨੇ ਦੱਸਿਆ ਵੀ ਇੱਕ ਹੰਕਾਰ ਵੀ ਇੱਥੇ ਕੰਮ ਕਰਦਾ ਭਾਈ, ਹੰਕਾਰ ਵੀ। ਜਿਹਨੂੰ ਗੁਰੂ ਕਲੰਗੀਧਰ ਪਿਤਾ ਜੀ ਦਾ ਮਹਾਂਵਾਕ ਹੈ, ਦੇਹ ਸਿਵ ਆਵਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਇਹ ਸ਼ੁਭ ਹੰਕਾਰ ਹੈ, ਚੰਗੇ ਕੰਮਾਂ ਤੋਂ ਨਾ ਟਲਾਂ ਮੈਂ, ਨਾ ਡਰੋਂ ਅਰਸੋਂ ਜਬ ਜਾਏ ਲੜੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਉਦੋਂ ਨਾ ਡਰਾਂ ਜਦੋਂ ਵੈਰੀ ਨਾਲ ਜਾ ਕੇ ਜੰਗ ਦੇ ਵਿੱਚ ਜੂਝਾਂ, ਅਤੇ ਨਿਸ਼ਚੈ ਮੇਰਾ, ਯਕੀਨ ਮੇਰਾ, ਭਰੋਸਾ ਮੇਰਾ, ਵਿਸ਼ਵਾਸ ਮੇਰਾ, ਆਪਣੀ ਜੀਤ ਕਰੋ। ਜਿੱਤ ਮੇਰੀ ਹੈ, ਜਿੱਤ। ਇਹਨੂੰ ਹੰਕਾਰ ਆਖਦੇ ਹੈ, ਪਰ ਇਹ ਹੰਕਾਰ ਭਾਈ ਰੱਬ ਦੇ ਨੇੜੇ ਕਰ ਦਿੰਦਾ। ਇਹ ਸ਼ੁੱਭ ਹੈ ਹੰਕਾਰ। ਤਾਂ ਇਹ ਵੀ ਹੈ ਹਮਰੀ ਭੂਮ ਕੌਣ ਘਾਲਾ ਪੈਰ, ਮੇਰੀ ਧਰਤੀ 'ਤੇ ਕੋਈ ਪੈਰ ਤਾਂ ਰੱਖ ਕੇ ਵਿਖਾਵੇ। ਕ੍ਰਿਸ਼ਨ ਭਗਵਾਨ ਕਹਿੰਦੇ, ਕਹਿੰਦੇ ਉਹ ਭਾਈ ਪੰਜ ਪਿੰਡ ਦੇ ਦਿਓ, ਤੁਹਾਡੇ ਤਾਏ ਦੀ ਹੈ। ਉਹ ਤੂੰ ਪੰਜਾਂ ਦੀ ਗੱਲ ਕਰਦਾ, ਅਸੀਂ ਸੂਈ ਦੇ ਨਖਾਰੇ ਜਿੰਨੀ ਜਗ੍ਹਾ ਨਹੀਂ ਦਿੰਦੇ। ਇਹ ਹੰਕਾਰ ਹੈ, ਪਰ ਇਸ ਹੰਕਾਰ ਨੇ 18 ਖੂਣੀਆਂ ਗਰਕ ਕਰਾਤੀਆਂ ਸੀ। ਇਹ ਹੰਕਾਰ ਨੇ ਇੰਨੇ ਕੁ ਨੇ,
ਕਿਉਂਕਿ ਇਹ ਅਸ਼ੁੱਭ ਹੈ। ਤਾਂ ਗਰੀਬ ਨਿਵਾਜ ਮਹਾਰਾਜ ਫਰਮਾਨ ਕਰਦੇ ਨੇ ਅੰਮ੍ਰਿਤ ਪਾਵਨ ਗੁਰਬਾਣੀ ਅੰਦਰ, ਸਹਿਜ ਸੁਹਾਵੀ। ਹੁਣ ਅੰਤਸਕਰਨ ਰੂਪੀ ਸੇਜਾ ਸੋਵਨੀਕ ਹੋ ਗਈ ਹੈ। ਸਰਬ ਸੁੱਖ ਤੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਕਿੰਨੇ ਕੁ ਸੁੱਖ, ਹੁਣ ਦੁੱਖਾਂ ਨਹੀਂ ਜਾਏ। ਇੰਨੇ ਕੁ ਸੁੱਖ ਭਾਈ, ਸਾਰੀ ਸੁੱਖ ਤੇ ਇੰਨੇ ਕੁ ਸੁੱਖ, ਦੁੱਖਾਂ ਨੂੰ ਤਾਂ ਹੁਣ ਜਗ੍ਹਾ ਹੀ ਨਹੀਂ। ਦਰਬਾਰ ਭਰ ਜਾਵੇ ਸੰਗਤ ਨਾਲ ਸਾਰਾ, ਆਪਾਂ ਕਹਿ ਦਿਆਂਗੇ ਭਾਈ ਹੁਣ ਬਾਹਰ ਬਹਿ ਜਾਓ, ਬਾਹਰ ਤੁਹਾਨੂੰ ਕੁਛ ਵਸਾ ਦਿੰਦੇ ਹਾਂ। ਕਿਉਂ? ਕਿਉਂਕਿ ਇੱਥੇ ਨਹੀਂ ਜਗ੍ਹਾ ਹੁਣ ਤੁਹਾਡੇ ਬਹਿਣ ਵਾਸਤੇ। ਇੱਦਾਂ ਹੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਹੁਣ ਭਰ ਗਿਆ ਸੁੱਖਾਂ ਨਾਲ ਭਾਈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਐਸਾ ਆਧਾਰ ਸੱਚ ਨਾਮ ਦਾ, ਪਾਤਸ਼ਾਹ ਜੀ ਕਹਿੰਦੇ ਜਿਹਨੇ ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ ਦੁੱਖ ਗਵਾ ਦਿੱਤੇ, ਦੂਰ ਕਰ ਦਿੱਤੇ, ਨਾਸ ਕਰ ਦਿੱਤੇ, ਜਿਸ ਕਰਕੇ ਪਾਤਸ਼ਾਹ ਕਹਿੰਦੇ ਹੁਣ ਦੁੱਖਾਂ ਨਾਹੀਂ ਜਾਏ। ਹੁਣ ਦੁੱਖਾਂ ਨੂੰ ਤਾਂ ਜਗ੍ਹਾ ਹੀ ਨਹੀਂ, ਥਾਂ ਹੀ ਨਹੀਂ ਦੁੱਖਾਂ ਨੂੰ ਭਾਈ। ਇਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਗਰੀਬ ਨਿਵਾਜ ਰਹਿਮਤ ਕਰਦੇ ਫਰਮਾਨ ਕਰਦੇ ਹੈ, ਹਰ ਜਿਹਾ ਇਛ ਪੁੰਨੀ ਵੱਡ ਭਾਗਣੀ, ਉਹਨਾਂ ਵੱਡ ਭਾਗਣੀ, ਵੱਡੇ ਭਾਗਾਂ ਵਾਲੀਆਂ ਜਗਿਆਸੂ ਜੀਵ ਇਸਤਰੀਆਂ, ਉਹਨਾਂ ਵੱਡੇ ਭਾਗਾਂ ਵਾਲੀਆਂ ਜਿੰਦਾਂ, ਪਾਤਸ਼ਾਹ ਕਹਿੰਦੇ ਇੱਛ ਪੁੰਨੀ, ਉਹਨਾਂ ਦੀ ਇੱਛ ਪੁੰਨੀ ਇੱਛਾ ਪੁੱਗ ਗਈ, ਪੂਰੀ ਹੋ ਗਈ ਇੱਛਾ, ਜਿਹੜੀ ਇੱਛਾ ਲੈ ਕੇ ਉਹ ਚੱਲੀਆਂ ਸੀ ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲੋ ਰਾਮ, ਇਹ ਇੱਛਾ ਸੀ ਭਾਈ ਲੈ ਕੇ ਚੱਲੇ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਇੱਛ ਪੁੰਨੀ ਵੱਡ ਭਾਗਣੀ, ਉਹਨਾਂ ਵੱਡੇ ਭਾਗਣਾ ਭਾਗਣਾ ਦੀਆਂ ਇੱਛਾ ਪੂਰੀਆਂ ਹੋ ਗਈਆਂ, ਪੁੱਗ ਗਈਆਂ ਇੱਛਾ ਸਾਰੀਆਂ। ਕਾਰਨ ਕੀ? ਵਰ ਪਾਇਆ ਹਰ ਰਾਏ, ਉਹਨਾਂ ਨੇ ਹਰੀ ਰਾਜਾ ਪ੍ਰਕਾਸ਼ ਅਕਾਲ ਪੁਰਖ ਵਾਹਿਗੁਰੂ, ਉਸ ਵਾਹਿਗੁਰੂ ਵਰਪਤੀ ਪਰਮੇਸ਼ਵਰ ਨੂੰ ਪਾਇਆ, ਪ੍ਰਾਪਤ ਕਰ ਲਿਆ। ਉਹਨਾਂ ਨੇ ਐਸੇ ਵਰ ਨੂੰ ਪ੍ਰਾਪਤ ਕਰ ਲਿਆ, ਵਾਹਿਗੁਰੂ ਰਾਜੇ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਪ੍ਰਕਾਸ਼ਕ ਵਾਹਿਗੁਰੂ ਵਰ ਪ੍ਰਾਪਤ ਕਰ ਲਿਆ ਹੈ ਉਹਨਾਂ ਨੇ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ। ਇੱਕ ਸੌਖੀ ਸਖੀ ਦੀ ਨਿਸ਼ਾਨੀ ਹੁੰਦੀ ਹੈ, ਇੱਕ ਜੋੜੀਆਂ ਜਗ ਥੋੜੀਆਂ, ਕਹਿੰਦੇ ਨਰੜ ਬਥੇਰੇ, ਲੌਕਿਕ ਵਾਰਤ ਹੈ ਸਾਡੀ।
ਜਿਸ ਘਰ ਦੇ ਵਿੱਚ ਸੁੱਖ ਨਹੀਂ ਨਾ, ਉਸ ਘਰ ਵਿੱਚ ਕਲੇਸ਼ ਧੁਖਦਾ ਰਹਿੰਦਾ ਗਿੱਲੀ ਪਾਥੀ ਵਾਂਗੂ, ਕਿਸੇ ਨਾ ਕਿਸੇ ਗੱਲੋਂ ਮਾੜਾ ਮੋਟਾ ਸੜੀ ਸਿਆਪਾ ਸੜਿਆ ਹੀ ਰਹਿੰਦਾ। ਉੱਥੇ ਪਤਾ ਲੱਗ ਜਾਂਦਾ ਵੀ ਇੱਥੇ ਸੁੱਖ ਨਹੀਂ ਹੈ ਕੋਈ। ਇੱਕ ਇਹੋ ਜਿਹੇ ਥਾਂ ਹੁੰਦੇ ਆ ਭਾਈ ਜਿੱਥੋਂ ਖੁਸ਼ੀਆਂ ਦੀਆਂ ਕਲਕਾਰੀਆਂ, ਪਤਾ ਲੱਗ ਜਾਂਦਾ ਵੀ ਹਾਂ ਭਾਈ ਇਹ ਸੌਖੇ ਹੈ, ਖੁਸ਼ ਨਸੀਬ ਹੈ, ਇੱਥੇ ਖੁਸ਼ੀ ਦਾ ਵੱਸ ਹੈ। ਇੱਦਾਂ ਹੀ ਗਰੀਬ ਨਿਵਾਜ ਮਹਾਰਾਜ ਕਹਿੰਦੇ ਮਿਲ ਸਹੀਆਂ ਮੰਗਲ ਗਾਵ ਹੀ, ਜਿਹਨਾਂ ਨੂੰ ਹਰੀ ਰਾਜਾ ਪਰਮੇਸ਼ਵਰ ਪਤੀ ਮਿਲ ਗਿਆ, ਜਿਹਨਾਂ ਜੀਵ ਇਸਤਰੀਆਂ ਨੂੰ ਉਹਨਾਂ ਦੀ ਇਹ ਵਿਲੱਖਣਤਾ ਬਣ ਆਉਂਦੀ ਹੈ, ਉਹਨਾਂ ਦੀ ਇਹ ਮਰਿਆਦਾ ਇੱਕ ਸੁਹਾਗਣੀ ਵਾਂਗੂ, ਉਹਨਾਂ ਦੇ ਇੱਕ ਚਿਹਣ ਚੱਕਰ ਇਹੋ ਜਿਹੇ ਹੋ ਜਾਂਦੇ ਹੈ। ਮਿਲ ਸਹੀਆਂ ਮੰਗਲ ਗਾਵ ਹੀ, ਉਹ ਆਪਣੀਆਂ ਸਹੀਆਂ ਸਹੀਆਂ ਆਪਣੀਆਂ ਸਹੀਆਂ, ਜਿਵੇਂ ਬੀਬੀ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਵਚਨ ਵਿਲਾਸ ਕਰਦੀ ਹੈ, ਇਵੇਂ ਉਹ ਪਤੀ ਪ੍ਰਾਪਤੀ ਕਰ ਚੁੱਕੀਆਂ ਜਿੰਦਾਂ, ਉਹ ਪੁੱਗੀਆਂ ਆਤਮਾ ਮਹਾਂਪੁਰਖ ਜਿਹਨਾਂ ਦੀ ਇੱਛ ਪੁੰਨੀ ਹੋ ਗਈ ਹੈ, ਉਹ ਇੱਛ ਪੁੰਨੀ ਵਡਭਾਗਣੀਆਂ ਕੀ ਕਰਦੀਆਂ ਆਪਣੀਆਂ ਸੰਤ ਸਖੀਆਂ ਨਾਲ ਮਿਲ ਕੇ। ਮਿਲ ਸਹੀਆਂ ਮੰਗਲ ਗਾਵਹੀ, ਉਹ ਉੱਥੇ ਮੰਗਲ ਗਾਉਂਦੀਆਂ, ਮੰਗਲ ਖੁਸ਼ੀਆਂ ਦੇ ਆਨੰਦਾਂ ਦੇ ਸ਼ਬਦਾਂ ਦਾ ਨਾਮ ਹੈ। ਪਾਤਸ਼ਾਹ ਕਹਿੰਦੇ ਗਾਵੋ ਗੀਤ ਨਾ ਬਿਰਹੜਾ, ਗੀਤ ਗਾਵੋ ਭਾਈ ਗੀਤ, ਮੰਗਲ ਗਾਵੋ ਨਾਰੇ, ਇਹ ਜੀ ਵੇਸਤਰੀ ਉਹ ਮੰਗਲ ਗਾਵੋ ਖੁਸ਼ੀਆਂ ਦੇ, ਮੰਗਲ ਗਾਵਹੀ, ਉਹ ਐਸੇ ਮੰਗਲ ਗਾਉਂਦੀਆਂ ਭਾਈ ਖੁਸ਼ੀਆਂ ਦੇ, ਗੀਤ ਗੋਬਿੰਦ ਅਲਾਏ, ਗੋਬਿੰਦ ਗੋਬਿੰਦਾਂ ਕਰਕੇ ਵਿੰਦ ਜਾਣਨੇ ਯੋਗ ਜੋ ਵਾਹਿਗੁਰੂ ਹੈ, ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹੈ, ਗੀਤ ਗੋਬਿੰਦ ਅਲਾਏ, ਉਹ ਗੋਬਿੰਦ ਵਾਹਿਗੁਰੂ ਦੇ ਗੀਤ ਅਲਾਏ ਗੀਤ ਗਾਉਂਦੀਆਂ। ਗੁਰਬਾਣੀ ਅੰਦਰ ਪਾਤਸ਼ਾਹ ਜੀ ਦਾ ਮਹਾਂਵਾਕ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਜਿਹਨਾਂ ਨੇ ਗੋਬਿੰਦ ਵਾਹਿਗੁਰੂ ਦੇ ਗੁਣ ਨਹੀਂ ਗਾਏ ਉਹਨਾਂ ਨੇ ਜਨਮ ਵਿਅਰਥ ਗਵਾ ਲਿਆ ਭਾਈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਮਹਾਂਪੁਰਖ ਸੀਨਾ ਵਸੀਨਾ ਜਦੋਂ ਵਿੱਦਿਆ ਪੜ੍ਹਾਉਂਦੇ ਦਾਸਾਂ ਦੇ, ਵਿੱਦਿਆ ਦਾਤੇ ਸੰਤ ਗਿਆਨੀ ਭੁਪਿੰਦਰ ਸਿੰਘ ਜੀ ਬੋਪਾ ਰਾਏ, ਉਹ ਅਰਥ ਕਰਿਆ ਕਰਦੇ ਭਾਈ ਜੋ ਸੰਪਰਦਾਇ ਦਾ ਅਰਥ ਹੈ, ਕਹਿੰਦੇ ਗੁਣ ਗੋਬਿੰਦ ਗਾਇਓ, ਦੂਜਾ ਅਰਥ ਭਾਈ ਜਿਨ੍ਹਾਂ ਨੇ ਗੋਬਿੰਦ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਉਹਨਾਂ ਨੇ ਨਹੀਂ ਜਨਮ ਅਕਾਰਥ ਕੀਨ, ਆਪਣੇ ਮਨੁੱਖਾ ਜਨਮ ਨੂੰ ਅਕਾਰਥ ਨਿਸਫਲ ਵਿਅਰਥ ਥੋੜ੍ਹੇ ਹੀ ਕੀਤਾ, ਉਹ ਸਫਲ ਕਰ ਗਏ ਕਿਉਂਕਿ ਉਹਨਾਂ ਨੇ ਗੀਤ ਗੋਬਿੰਦ ਅਲਾਏ, ਉਹਨਾਂ ਨੇ ਗੋਬਿੰਦ ਵਾਹਿਗੁਰੂ ਦੇ ਗੀਤ ਅਲਾਏ। ਕਿਹਨਾਂ ਨੇ ਅਲਾਏ? ਪਾਤਸ਼ਾਹ ਦਾ ਮਹਾਂਵਾਕ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣ, ਆੜ ਦਮ ਕੋ ਛਿਪਰ ਹੋਇਓ ਲਾਖੀਣਾ, ਗੋਬਿੰਦ ਗੋਬਿੰਦ ਗੋਬਿੰਦ
ਇੱਦਾਂ ਦੀ ਧੁਨ ਸੀ ਭਗਤ ਨਾਮਦੇਵ ਜੀ ਦੀ। ਜੋ ਵੀ ਆਪਣਾ ਕੰਮ ਕਰਦੇ ਲੋਕ ਸ਼ੀਪਾ ਕਹਿ ਬੁਲਾਏ, ਆਪਣੀ ਧੁਨੀ ਵਿੱਚ ਮਸਤ ਰਹਿੰਦੇ। ਜਿੱਥੇ ਆਪਣਾ ਕੰਮ ਕਾਰ ਕਰਦੇ ਉੱਥੇ ਮੁੱਖੋਂ ਇੱਕ ਆਵਾਜ਼ ਆਉਂਦੀ, ਜਿਹਨੂੰ ਪੰਚਮ ਪਾਤਸ਼ਾਹ ਜੀ ਨੇ ਜਦੋਂ ਸਿਰੋਂ ਪਾਉ ਬਖਸ਼ਿਸ਼ ਕੀਤੇ ਭਗਤ ਨਾਮਦੇਵ ਜੀ ਨੂੰ ਜ਼ਿਕਰ ਕੀਤਾ, ਕਹਿੰਦੇ ਭਾਈ ਇਹ ਧੁਨ ਸੀ ਉਹਨਾਂ ਦੀ, ਗੋਬਿੰਦ 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 ਗੋਬਿੰਦ, ਹਰ ਟਾਈਮ ਮੁੱਖੋਂ ਇਹੀ ਉਚਾਰਦੇ ਸੀ। ਕਿਉਂਕਿ ਗੋਬਿੰਦ ਗੋਬਿੰਦ ਗੋਬਿੰਦ, ਤਿੰਨ ਵਾਰੀ ਜਿੱਥੇ ਗੋਬਿੰਦ ਆ ਗਿਆ ਮਨ ਕਰਕੇ ਵੀ ਗੋਬਿੰਦ ਗੋਬਿੰਦ ਕਰਦੇ ਸਨ, ਉਹ ਬਾਣੀ ਕਰਕੇ ਵੀ ਗੋਬਿੰਦ 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 ਕਰਦੇ ਸਨ, ਉਹ ਸਰੀਰ ਜੀਵ ਕਰਕੇ ਵੀ ਗੋਬਿੰਦ 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 ਕਰਦੇ ਸਨ, ਉਹ ਜਿੱਥੇ ਤਿੰਨ ਵਾਰੀ ਆ ਗਿਆ ਭਾਵ ਹੈ ਵੀ ਮਨ ਬਾਣੀ ਸਰੀਰ ਕਰਕੇ ਉਹ ਗੋਬਿੰਦ 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 ਗਾਉਂਦੇ ਸਨ। ਗਾਵਹੀ ਗੀਤ, ਐਦਾਂ ਦੇ ਗੀਤ ਗਾਉਂਦੀਆਂ ਕਿੱਦਾਂ ਦੇ, ਗੋਬਿੰਦ ਅਲਾਏ, ਉਹ ਆਪਣੇ ਗੀਤਾਂ 'ਚ ਗੋਬਿੰਦ 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 ਅਲਾਏ, ਇੱਦਾਂ ਅਲਾਪ ਕਰਦੀਆਂ, ਇੱਦਾਂ ਅਲਾਉਂਦੀਆਂ ਕਰਲਾਉਂਦੀਆਂ, ਇੱਦਾਂ ਦੀਆਂ ਆਵਾਜ਼ਾਂ ਹੁੰਦੀਆਂ ਉਹਨਾਂ ਦੀਆਂ। ਹਾਂਜੀ, ਹਰ ਜਿਹਾ ਅਵਰ ਨਾ ਦਿਸਾਈ, ਕੋਈ ਦੂਜਾ ਲਵੈ ਨਾ ਲਾਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ ਭਾਈ, ਉਹਨਾਂ ਨੂੰ ਹਰ ਜਿਹਾ ਅਵਰ ਨਾ ਦਿਸਈ। ਗਰੀਬ ਨਿਵਾਜ ਗੁਰੂ ਕਲਗੀਧਰ ਪਿਤਾ ਜੀ ਦਾ ਮਹਾਂਵਾਕ, ਕਉ ਬੁਤਾਨ ਕੋ ਪੂਜਤ ਹੈ ਪਾਸ, ਕਉ ਮਿਰਤਾਨ ਕੋ ਪੂਜਣ ਧਾਇਓ, ਪੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਤੇ ਉਹ ਭੇਤ ਦੱਸਦੇ ਆ ਗੁਰੂ ਕਲਗੀਧਰ ਪਿਤਾ ਜੀ ਦਾ ਮਹਾਂਵਾਕ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭ ਹੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸਾਰਾ ਸਿਧਾਂਤ ਵਰਣਨ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ, ਹਰ ਜਿਹਾ ਅਵਰ ਨਾ ਦਿਸਾਈ। ਕਿਉਂ ਵੇਖਣਾ ਭਾਈ, ਕਿਉਂ ਅੱਖਾਂ ਥੱਲੇ ਆਵੇ, ਕੋਈ ਹੈ ਨਹੀਂ ਕੋਈ ਉਹ ਜਾ। ਇਸ ਵਾਸਤੇ ਨਾ ਕੋਈ ਸਿਧਾਂਤ ਓਨਾ ਵੱਡਾ, ਨਾ ਕੋਈ ਰਾਮ। ਇਸ ਵਾਸਤੇ ਪਾਤਸ਼ਾਹ ਕਹਿੰਦੇ ਕਿਸਨ ਬਿਸਨ ਕਬਹੂ ਨਾ ਧਿਆਉ, ਹੈ ਨਹੀਂ ਜਦੋਂ ਓਡੇ ਵੱਡੇ ਕਿਉਂ ਧਿਆਉਣੇ। ਇਸ ਵਾਸਤੇ ਗਰੀਬ ਨਿਵਾਜ ਗੁਰੂ ਕਲਗੀਧਰ ਸਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸੱਚੇ ਪਾਤਸ਼ਾਹ ਜੀ ਨੇ ਉਹ ਆਪਣਾ ਜੋ ਨਿਸ਼ਚੈ ਕਿ ਭਾਈ ਕੂਰ ਦੀ ਕਿਰਿਆ ਨਹੀਂ ਇੱਥੇ, ਇੱਥੇ ਸੱਚ ਦੀ ਕਿਰਿਆ, ਅਤੇ ਜਦੋਂ ਤੂੰ ਆਏ ਹਾਂ ਉਦੋਂ ਦਾ ਕੋਈ ਅੱਖਾਂ ਦੇ ਥੱਲੇ ਆਂਖ ਤਰੇ ਦਾ ਅਰਥ ਹੁੰਦਾ ਵੀ ਇੱਦਾਂ ਵੀ ਅੱਖਾਂ ਦੇ ਥੱਲੇ ਵੀ ਉੱਪਰ ਅੱਖਵਾ ਕਰਕੇ ਤਾਂ ਕੀ ਵੇਖਣਾ, ਥੱਲੇ ਵੀ ਨਹੀਂ ਅੱਖਾਂ ਦੇ ਲਿਆਉਂਦਾ ਉਦੋਂ ਦਾ ਕੋਈ। ਅਨੇਕਾਂ ਮਤ ਰਾਮ ਰਹੀਮ ਕੇ ਕਹਿੰਦੇ ਹੈ, ਇੱਕ ਵੀ ਨਹੀਂ ਜਾਣੀ, ਕਿਉਂਕਿ ਅਸੀਂ ਅਦਵੈਤ ਦੇ ਪੁਜਾਰੀ ਹਾਂ, ਅਕਾਲ ਦੇ ਪੁਜਾਰੀ ਹਾਂ, ਇੱਕ ਦੇ ਪੁਜਾਰੀ ਹਾਂ। ਦੁਨੀਆਂ ਦਵੈਤ ਦੀ ਪੁਜਾਰੀ ਹੈ,
ਅਦਵੈਤ ਨਾਲ ਜੋੜਨ ਵਾਲੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਕ ਓਅੰਕਾਰ, ਅਦਵੈਤ ਨਾਲ ਜੋੜਨ ਵਾਲਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਗੁਰੂ ਕਲੰਗੀਧਰ ਪਿਤਾ ਜੀ ਕਹਿਣ ਲੱਗੇ, ਮੈਂ ਹਾਂ ਪਰਮ ਪੁਰਖ ਕਾ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ, ਜੋ ਮੋ ਕੋ ਪਰਮੇਸ਼ੁਰ ਉਚਰਹਿ ਤੇ ਸਭ ਨਰਕ ਕੁੰਡ ਮੈਂ ਪਰ ਹੈ। ਸੱਚੇ ਪਿਤਾ ਜੀ ਕਿਹਦੇ ਲੜ ਲਾ ਦਿੱਤਾ ਸੱਚਖੰਡ ਹਜ਼ੂਰ ਸਾਹਿਬ? ਗੁਰਸਿੱਖਾਂ ਬੇਨਤੀ ਕੀਤੀ, ਪਾਤਸ਼ਾਹ ਕਹਿਣ ਲੱਗੇ ਆਗਿਆ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ, ਖੋਜ ਸ਼ਬਦ ਮੈਂ ਲੇਹੇ ਭਾਈ ਇੱਕ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਕਹਿੰਦੇ ਹਾਂ ਆਦਿ ਗੁਰੂ ਗ੍ਰੰਥ ਸਾਹਿਬ, ਆਦਿ ਆਦਿ ਪਤਾ ਕਿਉਂ ਆਖਦੇ ਹਾਂ? ਆਦਿ ਸੱਚ, ਇਹ ਅਕਾਲ ਪੁਰਖ ਵਾਹਿਗੁਰੂ ਹੈ। ਯੁੱਗਾਂ ਤੋਂ ਸੱਚ, ਯੁੱਗਾਂ ਦੇ ਵਿੱਚ ਅਵਤਾਰਾਂ ਨੇ ਵਰਣਨ ਕੀਤਾ, ਪਰ ਉਹ ਯੁੱਗਾਂ ਵਾਲਾ ਸੱਚ ਗੁਰੂ ਨਹੀਂ ਬਣਿਆ। ਸਤਿਯੁਗ ਦੇ ਵੇਦ, ਦੁਆਪਰ ਦੇ ਅਵਤਾਰ, ਤ੍ਰੇਤੇ ਦੇ ਅਵਤਾਰ, ਉਹਨਾਂ ਦੇ ਸਿਰਜੇ ਇਤਿਹਾਸ ਰਮਾਇਣ ਬਣ ਗਈ, ਮਹਾਭਾਰਤ ਹੋ ਗਈ, ਪਰ ਗੁਰੂ ਤਾਂ ਕਲਯੁੱਗ ਦੇ ਵਿੱਚ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ। ਗੁਰੂ ਨਾਨਕ ਦੇਵ ਜੀ ਆਏ, ਗੁਰੂ ਨਾਨਕ ਹੋ ਕੇ ਆ ਸੱਚ ਜਪੀ ਜਪਾਈ ਗਏ, ਅਖੀਰ 'ਤੇ ਇਹ ਸੱਚ ਵਿੱਚ ਹੀ ਅਭੇਦ ਹੋ ਗਏ। ਦਸੋਂ ਪਾਤਸ਼ਾਹੀਆਂ ਤੱਕ ਗੁਰੂ ਕਲਗੀਧਰ ਪਿਤਾ ਜੀ ਵੀ ਇਹ ਸੱਚ ਦੇ ਵਿੱਚ ਹੀ ਅਭੇਦ ਹੋ ਗਏ, ਦੱਸ ਗਏ, ਦੁਨੀਆਂ 'ਤੇ ਦਿਖਾ ਗਏ ਕਿ ਭਾਈ ਕਹਿਣ ਵਾਲੇ ਤੇਰੇ ਰਹੇ ਸਮਾਏ। ਜੋ ਉਹਨੂੰ ਕਹਿੰਦਾ ਉਹ ਉਸੇ 'ਚ ਹੀ ਸਮਾ ਜਾਂਦਾ। ਇਹ ਜਿਹੜਾ ਸੱਚ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਧੁਰੋਂ ਸੱਚਖੰਡ ਵਿੱਚੋਂ, ਅਖੀਰ 'ਤੇ ਪ੍ਰਤੱਖ ਕਰ ਗਏ ਭਾਈ ਇਹ ਸੱਚ ਦੇ ਵਿੱਚ ਹੀ। ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀ ਹੈ, ਜਿਵੇਂ ਸਮੁੰਦਰ ਵਿੱਚ ਨਦੀਆਂ ਸਮਾ ਜਾਂਦੀਆਂ, ਪਤਾ ਹੀ ਨਹੀਂ ਲੱਗਦਾ ਕਿਹੜੀਆਂ ਕਿਹੜੀ ਨਦੀ 999 ਆ ਕੇ ਸਮਾ ਗਈ, ਉਹ ਜਿਉਂਦਾ ਤਿਉਂ ਸ਼ਾਂਤ ਰਹਿੰਦਾ। ਇੱਦਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੱਚ ਵਿੱਚ ਹੀ ਸਮਾਈ ਹੋਣੀ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ, ਇੱਦਾਂ ਏਕ ਰੂਪ ਹੋ ਗਏ, ਉਹੀ ਬਣ ਗਏ। 15 ਭਗਤ ਵੀ, 17 ਭੱਟ ਵੀ, 4 ਗੁਰੂ ਕੇ ਸਿੱਖ, ਉਹੀ ਹੋ ਗਏ। ਸੱਚਖੰਡ ਵਾਲੀ ਮਰਿਆਦਾ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਦੁਨੀਆਂ 'ਤੇ ਲਿਆ ਕੇ ਬਖਸ਼ ਦਿੱਤੀ। ਭਾਈ ਸਾਧ ਸੰਗਤ ਬੈਕੁੰਠ ਹੈ ਆਹੇ, ਸਾਧ ਸੰਗਤ ਬੈਕੁੰਠੀ ਹੈ, ਆ ਬੈਕੁੰਠੀ ਹੈ ਭਾਈ ਜਿੱਥੇ ਬੈਠੇ ਹਾਂ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਹਰ ਜਿਹਾ ਅਵਰ ਨਾ ਦਿਸਈ, ਇਹੋ ਜਿਹਾ ਹੈ ਹੀ ਨਹੀਂ ਕੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਹੈ ਹੀ ਨਹੀਂ ਕੋਈ।
ਹਰ ਜੇਹਾ ਅਵਰ ਨਾ ਦਿਸਾਈ, ਕਿਉਂਕਿ ਇਹ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ ਸਤਿਗੁਰੂ ਨਾਨਕ ਪਾਤਸ਼ਾਹ, ਸਤਿਗੁਰੂ ਅੰਗਦ ਦੇਵ ਮਹਾਰਾਜ, ਸਤਿਗੁਰੂ ਅਮਰਦਾਸ, ਸਤਿਗੁਰੂ ਰਾਮਦਾਸ, ਸਤਿਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਪਾਤਸ਼ਾਹ, ਅਖੀਰ ਤੇ ਗੁਰੂ ਕਲੰਗੀਧਰ ਪਿਤਾ ਜੀ ਆਪਣੇ ਮੁਖਾਰਬਿੰਦ ਤੋਂ ਸੰਪੂਰਨ ਸਜਿਲਦ ਸਰੂਪ ਦੇ ਗਏ, ਬਖਸ਼ ਗਏ, ਰੂਪ ਕਰ ਗਏ, ਆਪਣਾ ਆਪ ਇਹ ਰੂਪ ਹੋ ਗਏ। ਦਸੋਂ ਪਾਤਸ਼ਾਹੀਆਂ ਜੀ ਕੀ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦ ਸੱਚ, ਇਹ ਆਦ ਤੋਂ ਹੀ ਸੱਚ ਹੈ ਭਾਈ, ਜਿਹੜੇ ਸੱਚ ਨੇ ਦੁਨੀਆਂ 'ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਸਾਜਣਾ ਕੀਤੀ, ਦੁਨੀਆਂ 'ਤੇ ਅਵਤਾਰਾਂ ਦੀ ਸਾਜਣਾ ਕੀਤੀ, ਦੁਨੀਆਂ ਦੇ ਯੁੱਗਾਂ ਦੀ ਸਾਜਣਾ ਕੀਤੀ, ਦੁਨੀਆਂ ਦੀ ਸਾਜਣਾ ਕੀਤੀ, ਉਹ ਸਮੁੱਚੀ ਸਾਜਣਾ ਕਰਨ ਵਾਲਾ ਜੋ ਆਦ ਸੱਚ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹੈ। ਇਸ ਵਾਸਤੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਪਦੇ ਹਾਂ ਤਾਂ ਕਹਿੰਦੇ ਹਾਂ, ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਆਦ ਅਦਵੈਤ ਨਾਲ ਜੁੜ ਕੇ ਗਏ, ਇੱਕ ਨਾਲ ਜੁੜ ਕੇ ਗਏ, ਐਸਾ ਇੱਕ ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਹੈ ਨਹੀਂ ਕੋਈ, ਸਭ ਸੁਣਿਆ ਹੋ ਲੋਕ ਸਵਾਇਆ, ਪਾਤਸ਼ਾਹ ਕਹਿੰਦੇ ਸਾਰੇ ਲੋਕ ਸੁਣ ਲਓ, ਹਰ ਜੇਹਾ ਅਵਰ ਨਾ ਦਿਸਾਈ, ਵਾਹਿਗੁਰੂ ਵਰਗਾ ਨਹੀਂ ਕੋਈ ਦਿਸਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਨਹੀਂ ਕੋਈ ਦਿਸਦਾ, ਕੋਈ ਦੂਜਾ ਲਵੈ ਨਾ ਲਾਏ, ਅਤੇ ਕੋਈ ਦੂਜੇ ਨੂੰ ਉਹ ਪੁੱਗ ਚੁੱਕਾਂ, ਉਹ ਇੱਛ ਪੂਰੀ ਕਰ ਚੁੱਕਾਂ, ਉਹ ਜੀਵਨ ਦੇ ਆਪਣੇ ਲਕਸ਼ ਨੂੰ ਧਾਰਨ ਕਰ ਚੁੱਕੀਆਂ ਜਿੰਦਾਂ, ਪੁੱਗੀਆਂ ਆਤਮਾਵਾਂ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਤਿਪੁਰਖ ਮਹਾਂਪੁਰਖ, ਇੱਕ ਵਾਰੀ ਤੁਰੇ ਜਾਂਦੇ, ਕਹਿੰਦੇ ਸੰਤ ਭਿੰਡਰਾਂ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਆ ਰਹੇ ਹੈ, ਇੱਕ ਬੈਠਾ ਬੈਠਾ ਕਹਿਣ ਲੱਗਾ ਜਾਣਦਾ ਸਭ ਪਖੰਡੀ ਤੁਰੇ ਫਿਰਦੇ ਆ, ਗੱਲ ਨਹੀਂ ਕੋਈ ਬਾਤ ਨਹੀਂ, ਅਤੇ ਮੈਂ ਨਹੀਂ ਇਹ ਸ਼ਬਦ ਨੂੰ ਮੰਨਦਾ। ਤਾਂ ਮਹਾਂਪੁਰਖ ਨੇੜੇ ਜਾ ਕੇ ਕਹਿੰਦੇ ਭਾਈ ਪ੍ਰੇਮੀਆਂ ਕਿਉਂ ਇੰਨਾ ਮੁਨਕਰ ਹੋ ਗਿਆ, ਇਹ ਤਾਂ ਗੁਰੂ ਨਾਨਕ ਦੇਵ ਵੀ ਮੰਨ ਕੇ ਗਏ ਹੈ, ਇਹਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਦਰ ਹੈ, ਤੂੰ ਉਹ ਸ਼ਬਦ ਤੋਂ ਕਿਉਂ ਮੁਨਕਰ ਹੋ ਗਿਆ ਭਾਈ, ਕਾਰਨ ਕੀ ਹੈ? ਕਹਿੰਦਾ ਮੇਰਾ ਪੁੱਤਰ ਬਿਮਾਰ ਪਿਆ, ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਕਰਵਾਈਆਂ, ਬੜੇ ਸਾਧੂ ਸੰਤ ਪੂਜੇ, ਜੇ ਕੋਈ ਹੁੰਦਾ ਤਾਂ ਮੇਰਾ ਪੁੱਤ ਨਾ ਠੀਕ ਹੋ ਜਾਂਦਾ। ਮਹਾਂਪੁਰਖ ਕਹਿੰਦੇ ਚੰਗਾ ਭਾਈ, ਫਿਰ ਮਹਾਂਪੁਰਖਾਂ ਨੇ ਅਖੰਡ ਪਾਠ ਸਾਹਿਬ ਪੂਰਨ ਚੇਤਾ ਨਹੀਂ ਜਾਪ ਕੀਤਾ, ਅੰਮ੍ਰਿਤ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ। ਕਹਿੰਦੇ ਮਹਾਂਪੁਰਖ ਉਹਦਿਆਂ ਤੋਂ ਭਾਈ ਸਰੀਰ ਦੇ ਵਿੱਚ ਢਿੱਲ ਮੱਠ ਵਰਤਣੀ ਆਰੰਭ ਹੋ ਗਈ, ਅਤੇ ਉਹ ਭਚੰਗੀ ਰਾਜੀ ਹੋਣਾ ਆਰੰਭ ਹੋ ਗਿਆ। ਅਖੀਰ 'ਤੇ ਉਸੇ ਰੋਗ ਦੇ ਨਾਲ ਹੀ ਮਹਾਂਪੁਰਖ ਸੱਚਖੰਡ ਗਏ ਹੈ, ਦੱਸ ਕੇ ਗਏ ਭਾਈ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਦਰ ਉਚਾਰਨ ਕੀਤਾ ਸੱਚ ਹੈ। ਕਈ ਰੋਗ ਕਰਮ ਰੋਗ ਹੁੰਦੇ ਆ, ਕਰਮ ਰੋਗ ਸੰਗਤ ਜੀ, ਉਹ ਕਰਮ ਰੋਗ ਜੇ ਮੇਟ ਦੇਣ, ਉਹਨੂੰ ਮੇਟਣ ਦੇ ਸਮਰੱਥ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹੈ, ਵਰਨਾ ਦੁਨੀਆਂ ਦੀ ਕੋਈ ਸ਼ਕਤੀ ਉਹਨਾਂ ਰੋਗਾਂ ਨੂੰ ਮੇਟ ਨਹੀਂ ਸਕਦੀ। ਹਾਂ, ਉਹ ਸਿਰਫ ਗੁਰੂ ਪਾਤਸ਼ਾਹ ਮੇਟ ਸਕਦੇ ਹੈ।
ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਹਰੀ ਸਿੰਘ ਰਾਜੇ ਮੰਡੀ ਦੇ ਵਾਂਗੂੰ ਜਿਵੇਂ ਉਹਦੇ ਜਨਮਾਂ ਦਾ ਜੋ ਕਰਮ ਸੀ ਕੱਟ ਦਿੱਤਾ, ਐਦਾਂ ਇਹ ਸਮਰੱਥਾ ਸਤਿਗੁਰਾਂ ਦੀ ਹੈ, ਇਹਨੂੰ ਦੁਨੀਆਂ ਦਾ ਨਹੀਂ ਕੋਈ ਮੇਟ ਸਕਦਾ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ, ਹਾਂ ਮਹਾਂਪੁਰਖ ਹੁੰਦੇ ਆ ਜੋ ਪੁੱਗੀਆਂ ਆਤਮਾ ਹੁੰਦੇ ਆ ਭਾਈ, ਉਹਨਾਂ ਦਾ ਤਰਲਾ ਜਾਂ ਉਹਨਾਂ ਦੀ ਕੁਰਬਾਨੀ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਰੱਤੋ ਕੀ ਝਾੜ ਸਾਹਿਬ ਆਪਣੇ ਨਗਰ ਭਾਣੂ ਲੰਗੇ ਦੇ ਜੰਮਪਲ ਮਹਾਂਪੁਰਖ, ਕਹਿੰਦੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਚਨ ਹੋਇਆ ਕਿ ਭਾਈ ਹੁਣ ਜੋ ਸੇਵਾ ਹੋਣੀ ਹੈ ਸੱਚਖੰਡ ਹਰਿਮੰਦਰ ਸਾਹਿਬ ਜੀ ਕੇ ਪਾਵਨ ਸਰੋਵਰ ਦੀ, ਉਹ ਸੇਵਾ ਦੇ ਵਿੱਚ ਕੋਈ ਜਤੀ ਸਤੀ ਮਹਾਂਪੁਰਖ ਪਹਿਲਾਂ ਟੱਪ ਲਾਵੇ। ਕਹਿੰਦੇ ਇੱਕ ਵਚਨ ਹੋਇਆ, ਉੱਠੋ ਭਾਈ ਕੋਈ ਜਤੀ ਸਤੀ, ਦੂਸਰੀ ਵਾਰੀ ਫੇਰ ਇਹ ਵਚਨ ਚੱਲ ਪਿਆ ਵੀ ਨਹੀਂ ਨਹੀਂ ਭਾਈ, ਇੰਨੇ ਪਵਿੱਤਰ ਸਰੋਵਰ ਦੀ ਜੋ ਟੱਪ ਹੈ ਸੇਵਾ ਦਾ, ਉਹ ਕੋਈ ਜਤੀ ਸਤੀ ਮਹਾਂਪੁਰਖ ਉੱਠੇ ਉਹੀ ਲਾਵੇ। ਤੀਜੀ ਵਾਰੀ ਮਹਾਂਪੁਰਖ ਸੰਤ ਬਾਬਾ ਸੁੰਦਰ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖਾਂ ਨੇ ਆਪਣਾ ਭਾਈ ਖੂੰਡਾ ਖੜ੍ਹਾ ਕਰਕੇ ਕਹਿਣ ਲੱਗੇ, ਭਾਈ ਇਹ ਦੱਸਣ ਵਾਲੀ ਬਚਨ ਗੱਲਬਾਤ ਤਾਂ ਹੈ ਨਹੀਂ ਕੋਈ, ਪਰ ਲੋਕਾਂ ਨੇ ਸੋਚਣਾ ਸੀ ਸਾਧੂ ਸੰਤਾਂ 'ਚ ਜਾਤ ਸਤ ਦੀ ਘਾਟ ਹੋ ਗਈ, ਇਸ ਵਾਸਤੇ ਇਹ ਦੱਸਣ ਵਾਸਤੇ ਵੀ ਗੁਰੂ ਨਾਨਕ ਦੇ ਦਰ ਦੀ ਮਰਿਆਦਾ ਬਰਕਰਾਰ ਹੈ ਜਿਉਂ ਦੀ ਤਿਉਂ, ਜਿਵੇਂ ਭਾਈ ਮਾਤਾ ਦੇ ਗਰਭ ਵਿੱਚੋਂ ਆਏ ਹਾਂ ਉਹੋ ਜਿਹਾ ਹੀ ਜੀਵਨ ਹੈ ਹਜੇ ਤੱਕ। ਹੁਣ ਐਸੇ ਮਹਾਂਪੁਰਖ ਆਪਣਾ ਸਮੁੱਚਾ ਜੀਵਨ ਕਿੱਥੇ ਬਤੀਤ ਕਰਕੇ ਗਏ, ਧੰਨ 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 ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਅਜਾਨ ਬਾਹੋ ਬੰਦੀ ਛੋੜ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦੇ ਚਰਨਾਂ 'ਚ ਆਪਣਾ ਸਾਰਾ ਜੀਵਨ ਲਾ ਗਏ। ਕਿਉਂ? ਕਿਉਂਕਿ ਹਰ ਜੇ ਹਾਇ ਅਵਰ ਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ, ਅਤੇ ਦੂਸਰੇ ਕਿਸੇ ਨੂੰ ਉਹ ਆਪਣੇ ਨੇੜੇ ਨਹੀਂ ਲਾਉਂਦੇ ਭਾਈ, ਕਿਉਂਕਿ ਉਹ ਸਤਵੰਤੀਆਂ ਹੁੰਦੀਆਂ, ਉਹ ਸੁਹਾਗਣਾਂ ਹੁੰਦੀਆਂ, ਉਹ ਪਤੀਵਰਤਾ ਹੁੰਦੀਆਂ, ਪਤੀਵਰਤਾ। ਆਪਣਾ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਇਸ ਜਗ ਮਹਿਪੁਰਖ ਏਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਹੋਰ ਸਗਲੀ ਨਾਰ ਸਵਾਈ, ਹੋਰ ਸਾਰੀਆਂ ਜਿੰਨੀਆਂ ਸਰੀਰਕ ਜਿੰਦਾਂ ਅਸੀਂ ਵਾਹਿਗੁਰੂ ਦੀਆਂ ਇਸਤਰੀਆਂ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ, ਕਿਸੇ ਦੂਸਰੇ ਨੂੰ ਲਵੇ ਨਹੀਂ ਲਾਉਂਦੀਆਂ, ਉਹ ਸੁਹਾਗਣਾ ਜੀਵ ਜਿੰਦਾ ਪੁੱਗੀਆਂ ਆਤਮਾ ਹਲਤ ਪਲਤ ਸਵਾਰਿਓਨ ਨਿਹ ਚਲ ਦਿੱਤੀਆਂ ਜਾਏ। ਉਹਨਾਂ ਨੇ ਤਾਂ ਭਾਈ ਆਪਣਾ ਹਾਲਤ ਆ ਲੋਕ ਵੀ ਸਵਾਰਿਓਨ ਸਵਾਰ ਲਿਆ। ਪਲਤ ਪਰਲੋਕ ਨੂੰ ਆਖਦੇ ਆ ਭਾਈ, ਦੂਸਰਾ ਲੋਕ
ਆਪਣਾ ਦੂਸਰਾ ਲੋਕ ਵੀ ਸਵਾਰ ਲਿਆ। ਉਹਨਾਂ ਨੂੰ ਤਾਂ ਧਰਮ ਰਾਜਾ ਜੋ ਬਾਕੀ ਪੁਰੀਆਂ ਦੇ ਆ ਉਹ ਇੱਦਾਂ ਬੇਨਤੀਆਂ ਕਰਦੇ ਆ, ਨਾਨਕ ਧਰਮ ਐਸੇ ਚਵ ਹੈ ਕਿ ਤੋਨ ਭਵਨ ਪੁਨੀਤ। ਆਓ ਰੱਬ ਦੇ ਪਿਆਰਿਓ, ਤੁਸੀਂ ਤਾਂ ਸਾਡਾ ਭਵਨ ਹੀ ਪਵਿੱਤਰ ਕਰ ਦਿੱਤਾ। ਕਿਉਂ? ਕਿਉਂਕਿ ਉਹ ਸਵਾਰੀਆਂ ਹੋਈਆਂ ਰੂਹ ਹੈ ਨਾਮ ਨਾਲ, ਨਾਮ ਵਾਹਿਗੁਰੂ ਦਾ ਦਿੱਤਾ। ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਜੀ ਨੇ। ਪਰ ਜਪ ਇੱਕ ਸਿਰਫ ਮਨੁੱਖ ਹੀ ਸਕਦਾ, ਕੋਈ ਜੂਨ ਨਾਮ ਨਹੀਂ ਜਪ ਸਕਦੀ। ਭਾਵੇਂ ਕੋਈ ਦੇਵਤਾ, ਭਾਵੇਂ ਕੋਈ ਜੂਨ ਹੈ, ਉਹ ਨਾਮ ਨਹੀਂ ਜਪੇਗੀ। ਇਸੇ ਵਾਸਤੇ ਇਸ ਦੇਹੀ ਕੋ ਸਿਮਰ ਹੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਕਿਉਂਕਿ ਉਹਨਾਂ ਰੂਹਾਂ ਨੂੰ ਕੋਈ ਪੁੰਨ ਪ੍ਰਾਪਤ ਕਰਮਾਂ ਦੀ ਮਰਿਆਦਾ ਦੇਵਤਾ ਜੂਨ ਤਾਂ ਮਿਲ ਗਈ, ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਅਧੂਰਾ ਹੀ ਹੈ ਕੰਮ। ਇਦੋਂ ਅਗਲੀ ਅਵਸਥਾ ਬੜੇ ਆਨੰਦਮਈ ਹੈ, ਉਹ ਪ੍ਰਾਪਤ ਕਿਵੇਂ ਹੋਵੇਗੀ? ਉਹ ਬੰਦਗੀ ਕਰਕੇ ਹੋਵੇਗੀ, ਨਾਮ ਜਪ ਕੇ ਹੋਵੇਗੀ। ਨਾਮ ਉਹਨਾਂ ਕੋਲ ਹੈ ਨਹੀਂ, ਜਪ ਸਕਦੇ ਨਹੀਂ ਉਹ, ਇਹ ਸਿਰਫ ਅਤੇ ਸਿਰਫ ਇੱਕ ਮਨੁੱਖ ਹੀ ਜਪ ਸਕਦਾ ਜੋ ਨਾਮ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ ਕੇ ਗਏ ਅਤੇ ਇਸ ਯੁੱਗ ਦਾ ਨਾਮ ਹੈ। ਪਾਤਸ਼ਾਹ ਕਹਿੰਦੇ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਆਨ ਰੂਤ ਨਾਹੀ ਮਤ ਭਰਮ ਭੁੱਲ ਭੁੱਲ ਅਬ ਕਲੂ ਆਇਓ ਰੇ। ਉਹਨਾਂ ਨੇ ਕਲਯੁੱਗ ਨੂੰ ਸਵਾਰ ਲਿਆ, ਆ ਲੋਕ ਵੀ ਸਵਾਰ ਲਿਆ, ਪਰਲੋਕ ਵੀ ਸਵਾਰ ਲਿਆ। ਨਿਹਚਲ ਦਿੱਤੀਆਂ ਨੇ ਜਾਏ ਨਿਹਚਲ ਜਗ੍ਹਾ। ਡੱਲੇ ਨੇ ਹੱਥ ਜੋੜ ਲਏ, ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਦੀ ਜਦੋਂ ਸੇਵਾ ਕੀਤੀ ਨਾ, ਚਿੱਠੀਆਂ ਲਿਖ ਦਿੱਤੀਆਂ, ਸਰਹੰਦ ਦੇ ਸੂਬੇ ਵਜੀਦ ਖਾਂ ਨੂੰ ਜਦੋਂ ਉਹਨੇ ਚਿੱਠੀ ਲਿਖੀ, ਤੁਹਾਨੂੰ ਜਗੀਰਾਂ ਦੇਵਾਂਗੇ, ਸਲਾਮਤੀ ਰਹਿਣਗੀਆਂ ਤੁਹਾਡੀਆਂ ਜਗੀਰਾਂ, ਤੁਸੀਂ ਸਰਕਾਰ ਦਾ ਜੋ ਵਿਰੋਧੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਉਹ ਗ੍ਰਿਫਤਾਰ ਕਰਾ ਦਿਓ। ਤਾਂ ਚਿੱਠੀ ਲਿਖ ਦਿੱਤੀ, ਅਸੀਂ ਸਾਹਿਬ ਗੁਰੂ ਕਲੰਗੀਧਰ ਦਸਮੇਸ਼ ਪਿਤਾ ਜੀ ਦੇ ਸਿੱਖ ਹਾਂ, ਉਹ ਸਾਡੇ ਜਿਉਂਦਿਆਂ ਵਜੀਦ ਖਾਂ, ਇੱਧਰ ਨੂੰ ਝਾਕਣ ਦੀ ਜ਼ਰੂਰਤ ਨਾ ਕਰੀ। ਜੇ ਇੱਧਰ ਨੂੰ ਝਾਕੇਗਾ ਚੇਤੇ ਰੱਖੀ, ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਜਿੰਨਾ ਚਿਰ ਸਾਡੇ ਸਰੀਰ 'ਚ ਸਵਾਸ ਚੱਲਦੇ ਹੈ, ਉਹਨਾਂ ਚਿਰ ਅਸੀਂ ਸਾਹਿਬ ਗੁਰੂ ਕਲੰਗੀਧਰ ਪਿਤਾ ਜੀ ਦੀ ਸੇਵਾ 'ਚ ਹਾਜ਼ਰ ਹੈ। ਅਤੇ ਜੇ ਤੂੰ ਇੱਧਰ ਨੂੰ ਵੇਖਣ ਦਾ ਯਤਨ ਕੀਤਾ, ਮਹਾਰਾਜ ਵੱਲ ਕੋਈ ਐਸੀ ਦ੍ਰਿਸ਼ਟੀ, ਕੋਈ ਇਹੋ ਜਿਹੀ ਮਰਿਆਦਾ ਰੱਖਣ ਦੀ ਕੋਸ਼ਿਸ਼ ਕੀਤੀ, ਤਾਂ ਚੇਤੇ ਰੱਖੀ, ਅਸੀਂ ਕਾਲ ਬਣ ਕੇ ਤੇਰੇ ਸਿਰ 'ਤੇ ਕੂਕਾਂਗੇ। ਸਾਹਿਬ ਗੁਰੂ ਕਲੰਗੀਧਰ ਪਿਤਾ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਡੱਲਿਆ ਮੰਗ ਕੀ ਮੰਗਦੇ। ਬੜਾ ਪ੍ਰਸੰਨ ਜਿਹਾ ਹੋਇਆ ਕਿ ਮਹਾਰਾਜ ਨੇ ਕਹਿਤਾ ਅੱਜ ਮੇਰੀ ਸੇਵਾ 'ਤੇ ਪ੍ਰਸੰਨ ਹੋ ਗਏ। ਕਹਿੰਦਾ ਮਹਾਰਾਜ ਜੇ ਤਰੁੱਠੇ ਹੋ ਤਾਂ ਆਪਣੇ ਚਰਨਾਂ 'ਚ ਪੀੜ੍ਹੀ ਕੁ ਜਿੰਨੀ ਜਗ੍ਹਾ ਦੇ ਦਿਓ।
ਪਾਤਸ਼ਾਹ ਕਹਿੰਦੇ ਨਾ ਭਾਈ ਡੱਲਾ ਸਿਆ, ਇਹ ਵਚਨ ਨਹੀਂ, ਕੋਈ ਹੋਰ ਦੱਸ ਦੁਨੀਆਂ ਦਾ ਤੈਨੂੰ ਕੀ ਚਾਹੀਦਾ। ਇਹਨੇ ਵੀ ਕਹਿੰਦਾ ਮਹਾਰਾਜ ਇੱਕ ਹੀ ਦਾਤ ਮੰਗੀ ਹੈ, ਉਹ ਤੋਂ ਇਨਕਾਰ ਕਰਤਾ। ਤਾਂ ਗੁਰੂ ਕਲਗੀਧਰ ਪਿਤਾ ਜੀ ਕਹਿਣ ਲੱਗੇ ਫਿਰ ਅੰਮ੍ਰਿਤ ਛਕ ਲਾ ਭਾਈ। ਮਹਾਰਾਜ ਅੰਦਰ ਹੀ ਅੰਮ੍ਰਿਤ ਹੈ, ਅਸੀਂ ਕਿਹੜਾ ਪਾਪ ਕਰਦੇ ਹਾਂ। ਲੱਗ ਗਿਆ ਆਪਣੀ ਸੁੱਚਮਤਾ ਦੀਆਂ ਉਦਾਹਰਣਾਂ ਦੇਣ, ਮਾਤਾ ਇਹੋ ਜਿਹਾ ਜੀ, ਅਸੀਂ ਤਾਂ ਇਹੋ ਜਿਹੇ ਹਾਂ ਜੀ। ਵਚਨ ਚੱਲਦਿਆਂ ਚੱਲਦਿਆਂ ਗੁਰੂ ਕਲਗੀਧਰ ਪਿਤਾ ਜੀ ਦੇ ਪੁੱਤਰਾਂ ਦੀ ਸ਼ਹੀਦੀ ਦਾ, ਮਹਾਰਾਜ ਜੇ ਕਿਤੇ ਉਸ ਟਾਈਮ ਮੈਨੂੰ ਸਾਨੂੰ ਦੱਸਦੇ ਨਾ ਕਿਤੇ ਸਾਨੂੰ, ਮਹਾਰਾਜ ਸੂਰਮਤਾ ਜੀ ਦਾ ਬਹੁਤ ਹੀ ਮਾਣ ਜਿਹਾ ਕਰਨ ਲੱਗ ਗਿਆ। ਬਸ ਇੱਦਾਂ ਹੀ ਕਰੀਏ ਪਾਤਸ਼ਾਹ, ਅਸੀਂ ਮਰਨ ਨਹੀਂ ਦਿੰਦੇ ਸੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ, ਅਸੀਂ ਨਹੀਂ ਜੁਝਾਰ ਸਿੰਘ ਜੀ ਨੂੰ ਮਰਨ ਦਿੰਦੇ ਸੀ। ਮਹਾਰਾਜ ਸਾਡੇ ਹੁੰਦਿਆਂ ਸ਼ਹੀਦ ਹੋ ਜਾਂਦੇ। ਇਹਨੇ ਇੱਕ ਗੁਰੂ ਕਾ ਸਿੱਖ ਬੰਦੂਕ ਲੈ ਕੇ ਆ ਗਿਆ ਲਾਹੌਰ ਤੋਂ ਕਾਰੀਗਰ, ਕਹਿੰਦਾ ਸੱਚੇ ਪਾਤਸ਼ਾਹ ਬਸ ਆਪ ਜੀ ਦਾ ਧਿਆਨ ਕਰਕੇ ਆਪ ਜੀ ਨੂੰ ਸਿਮਰਦੇ ਨੇ ਇਹ ਬਣਾਈ ਹੈ, ਪਾਤਸ਼ਾਹ ਇਹ ਪ੍ਰਵਾਨ ਕਰ ਲਓ। ਪਾਤਸ਼ਾਹ ਕਹਿੰਦੇ ਭਾਈ ਨਿਸ਼ਾਨਾ ਨਸੂਨਾ, ਕਹਿੰਦਾ ਮਹਾਰਾਜ ਬੰਦਾ ਬਣਾ ਕੇ ਭੇਟ ਕਰਤੀ, ਪਾਤਸ਼ਾਹ ਸਭ ਕੁਛ ਆਪ ਹੀ ਕਿਰਪਾ ਕਰੋਗੇ, ਆਪ ਹੀ ਮਹਾਰਾਜ ਇਹਨੂੰ ਚਲਾਉਂਗੇ, ਤਾਂ ਤੁਹਾਡੀ ਭੇਟ ਹੈ। ਅਤੇ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਕਹਿੰਦੇ ਭਾਈ ਡੱਲਿਆ ਚੱਲ ਫਿਰ ਹੋ ਅੱਗੇ, ਤੈਨੂੰ ਸੱਚਖੰਡ ਦੇਈਏ। ਹੁਣ ਇਹ ਸੱਚਖੰਡ ਭਾਈ ਹਰੇਕ ਨਹੀਂ ਨਾ ਕੋਈ ਪ੍ਰਾਪਤ ਕਰ ਸਕਦਾ, ਇਹਦੇ ਵਾਸਤੇ ਵੀ ਬੰਦਗੀ ਤਪ ਚਾਹੀਦਾ। ਕੋਈ ਸ਼ਹੀਦ ਹੋਣ ਵਾਸਤੇ ਵੀ ਭਾਈ ਬੜੀ ਬੰਦਗੀ ਦੀ ਜ਼ਰੂਰਤ ਹੁੰਦੀ ਹੈ, ਇਹ ਤਪ 'ਚੋਂ ਪੈਦਾ ਹੁੰਦੀਆਂ, ਬੰਦਗੀ 'ਚੋਂ ਪੈਦਾ ਹੁੰਦੀਆਂ ਇਹ ਦਾਤਾਂ, ਜਿਨ੍ਹਾਂ ਨੂੰ ਮਿਲੀਆਂ ਗੁਰਮੁਖਾਂ ਗੁਰਸਿੱਖਾਂ ਨੂੰ, ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਨਿਕਲਦਾ ਮੂੰਹੋਂ। ਮਹਾਰਾਜ ਕਹਿੰਦੇ ਹੋ ਭਾਈ ਅੱਗੇ ਫਿਰ, ਕਹਿੰਦਾ ਮਹਾਰਾਜ ਪਾਤਸ਼ਾਹ ਕਹਿੰਦੇ ਚੰਗਾ ਭਾਈ, ਇਸ ਦਾ ਵੇਖਣਾ ਹੀ ਹੈ, ਪਰਖਣਾ ਹੀ ਹੈ, ਕਿੰਨੇ ਕੁ ਸੂਰਮਿਆਂ ਤੇਰੇ ਜਵਾਨ ਕੋਈ ਲਿਆ ਭਾਈ। ਫਿਰ ਸਾਰੀ ਫੌਜ ਵਿੱਚੋਂ ਕੋਈ ਨਹੀਂ ਨਿਤਰਿਆ, ਇਹ ਵੀ ਕੋਈ ਗੱਲ ਹੈ, ਜੰਗ ਲੜਾ ਕੇ ਵੇਖੋ, ਜੰਗ 'ਚ ਜੂਝਾਂਗੇ, ਐਵੇਂ ਬੰਦੂਕ ਅੱਗੇ ਖੜਜ, ਐਦਾਂ ਦੀਆਂ ਦਲੀਲਾਂ ਦੇਣ ਲੱਗ ਗਏ ਮਲਵਈ ਮਹਾਰਾਜ ਗੁਰੂ ਕਲਗੀਧਰ ਪਿਤਾ ਜੀ ਦੇ ਸਨਮੁਖ ਹੋ ਕੇ। ਪਰ ਮਹਾਰਾਜ ਕਹਿੰਦੇ ਚੰਗਾ ਭਾਈ, ਨਿਸ਼ਾਨਾ ਤਾਂ ਜ਼ਰੂਰ ਪਰਖਣਾ ਵੀ ਬਿਲਕੁਲ ਸਿੱਧਾ ਜਾਂਦਾ ਜਾਂ ਕਿਵੇਂ, ਅਤੇ ਪਰ ਸਾਡੇ ਗੁਰਸਿੱਖਾਂ ਨੂੰ ਮਾਰੋ ਕਿਸੇ ਨੂੰ ਆਵਾਜ਼। ਦੋ ਗੁਰੂ ਕੇ ਸਿੱਖ ਵੀਰ ਸਿੰਘ ਅਤੇ ਧੀਰ ਸਿੰਘ ਡਿੱਖ ਪਿੰਡ ਦੇ ਹੈ, ਇਹ ਦਸਤਾਰੇ ਸਜਾਈ ਜਾਂਦੇ ਸਨ ਉੱਥੇ ਦਮਾਲੇ। ਇਹ ਗੁਰੂ ਕਾ ਸਿੱਖ ਗਿਆ ਡੱਲਾ, ਕਹਿਣ ਲੱਗਾ ਭਾਈ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਸਾਧਿਆ, ਨਿਸ਼ਾਨਾ ਪਰਖਣਾ ਗੋਲੀ ਦਾ, ਇਹ ਦੋਨੇ ਹੀ ਦਮਾਲੇ ਨਾਲੇ ਲੜ ਲਾਉਂਦੇ ਜਾ ਰਹੇ, ਨਾਲੇ ਇੱਕ ਦੂਜੇ ਤੋਂ ਅੱਗੜ ਪਿੱਛੜ ਭੱਜੇ ਜਾ ਰਹੇ ਹੈ। ਉੱਥੇ ਜਾ ਕੇ ਮਹਾਰਾਜ ਗੁਰੂ ਕਲਗੀਧਰ ਪਿਤਾ ਜੀ ਸਿਫਤ ਲਈ ਬੈਠੇ ਹੈ, ਨਿਸ਼ਾਨਾ ਲਾਉਣ ਵਾਸਤੇ। ਇਹ ਇੱਕ ਦੂਜੇ ਨੂੰ ਧੱਕੇ ਮਾਰ ਰਿਹਾ, ਉਹਨੂੰ ਮੂਹਰੇ ਕਰ ਰਿਹਾ, ਉਹ ਇਸ ਤਰ੍ਹਾਂ ਇੱਕ ਦੂਜੇ ਨਾਲ ਨਾਲ ਜ਼ੋਰ ਲਾ ਰਹੇ ਹੈ, ਨਾਲੇ ਮਹਾਰਾਜ ਪਾਤਸ਼ਾਹ ਜੀ ਦੇ ਨਿਸ਼ਾਨੇ ਦਾ ਮੂਹਰੇ ਹੋ ਰਹੇ ਹੈ। ਉਹ ਪੁੱਤ ਪਿਓ ਨੂੰ, ਪਿਓ ਪੁੱਤ ਨੂੰ ਇੱਕ ਦੂਜੇ ਨੂੰ ਧੱਕੀ ਜਾਂਦੇ ਹੈ ਕਿ ਮੈਂ ਨਿਸ਼ਾਨੇ ਦੇ ਅੱਗੇ ਹੋ ਜਾਂ, ਮੈਂ ਨਿਸ਼ਾਨੇ ਦੇ ਅੱਗੇ ਹੋ ਜਾਂ।
ਨਾਲੇ ਰੌਲਾ ਪਾਤਸ਼ਾਹ ਮੈਂ ਸੁਣਿਆ ਸੀ, ਮੈਂ ਸੁਣਿਆ ਸੀ ਮਹਾਰਾਜ, ਮੈਂ ਸੁਣਿਆ ਸੀ ਗੁਰੂ ਕਲਗੀਧਰ ਪਿਤਾ ਜੀ ਕਹਿੰਦਾ ਦੋਨੀ ਠਹਿਰ ਜੋ ਮਾਰਿਆ ਨਿਸ਼ਾਨਾ ਗੁਰੂ ਕਲਗੀਧਰ ਪਿਤਾ ਜੀ ਨੇ, ਹੁਣ ਉਹ ਤਾਂ ਮੇਰੇ ਸਵਾਮੀ ਨੂੰ ਪਤਾ ਭਾਈ ਨਿਸ਼ਾਨਾ ਕਿੱਥੋਂ ਦਾ ਪਰਖਿਆ ਸੀ ਮਹਾਰਾਜ ਨੇ, ਸਾਨੂੰ ਉੱਥੋਂ ਦੀ ਕੀ ਪਤਾ ਗੱਲਬਾਤ ਦਾ ਮਹਾਰਾਜ ਦਾ, ਇਹਦਾ ਮਹਾਰਾਜ ਜਾਣਦੇ ਹੈ। ਮਹਾਰਾਜ ਨੇ ਕੰਨ ਕੋਲ ਦੀ ਨਿਗਾਉਣ ਦਾ ਨਿਸ਼ਾਨਾ ਲਿਆ ਸੀ ਜਾਂ ਸਿਰ ਉੱਪਰ ਦੀ ਨਿਗਾਉਣ ਦਾ ਨਿਸ਼ਾਨਾ ਲਿਆ ਸੀ ਜਾਂ ਇਹਨਾਂ ਦੇ ਕੋਈ ਗਰਦਨ ਵਿੱਚ ਦੀ ਬਿਰਲ ਸੀ ਉੱਥੋਂ ਦਾ ਨਿਗਾਉਣ ਦਾ ਨਿਸ਼ਾਨਾ ਲਿਆ ਸੀ ਮਹਾਰਾਜ ਨੇ, ਇਹਦਾ ਮਹਾਰਾਜ ਜਾਣਦੇ ਕਿੱਥੋਂ ਦਾ ਨਿਸ਼ਾਨਾ ਲਿਆ ਮਹਾਰਾਜ ਨੇ। ਹਰੀਚੰਦ ਦੇ ਮਹਾਰਾਜ ਨੇ ਇੰਨਾ ਕੁ ਥਾਂ ਦੇਖਿਆ ਸੀ ਇੱਥੇ ਗਰਦਨ ਕੋਲ, ਬਾਕੀ ਸਾਰਾ ਲੋਹੇ ਨਾਲ ਮੜਿਆ ਹੋਇਆ ਸੀ, ਸਿਰਫ ਇੰਨਾ ਹੀ ਥਾਂ ਸੀ ਜਿੰਨਾ ਕੁ ਤੀਰ ਦੀ ਬਿਰਲ ਹੁੰਦੀ ਹੈ, ਖਪਰਾ ਤੀਰ ਚਾੜ ਕੇ ਛੱਡਿਆ ਮਹਾਰਾਜ ਨੇ, ਧੌਣ ਦਾ ਇੰਨਾ ਕੁ ਜੁਆਇੰਟ ਸੀ ਬਿਲਕੁਲ, ਉਹ ਖਪਰੇ ਤੀਰ ਦੇ ਨਾਲ ਧੌਣ ਕੱਟੀ ਗਈ, ਨਾਲ ਦੀ ਨਾਲ ਧਰਤੀ 'ਤੇ ਆ ਡਿੱਗਿਆ। ਇਸ ਵਾਸਤੇ ਐਸੇ ਹੈ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ, ਗਰੀਬ ਨਿਵਾਜ ਗੁਰੂ ਕਲਗੀਧਰ ਦਸਮੇਸ਼ ਪਾਤਸ਼ਾਹ। ਦੁਨੀਆਂ 'ਤੇ ਤੀਰ ਅੰਦਾਜ਼ ਤਾਂ ਬਹੁਤ ਸੀ ਪਰ ਤੇਗ ਦੇ ਧਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ ਹੈ। ਕੁੱਲ ਸ਼ਸਤਰ ਵਿੱਦਿਆ ਗੁਰੂ ਕਲਗੀਧਰ ਪਿਤਾ ਜੀ ਸਿਰਜਕ ਹੈ, ਤਾਂ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ ਨੇ ਕਹਿੰਦਾ ਮਹਾਰਾਜ ਇਹ ਇਹਨਾਂ ਨੂੰ ਕਿਵੇਂ ਪ੍ਰਾਪਤੀ ਹੋਈ ਇੰਨਾ ਜਿਗਰਾ? ਪਾਤਸ਼ਾਹ ਕਹਿੰਦੇ ਕੱਚੇ ਪਿੱਲੇ ਨਹੀਂ, ਇਹਨਾਂ ਨੇ ਅੰਮ੍ਰਿਤ ਛਕਿਆ ਖੰਡੇ ਬਾਟੇ ਦਾ। ਕਹਿੰਦਾ ਮਹਾਰਾਜ ਫਿਰ ਤਾਂ ਮੈਨੂੰ ਵੀ ਛਕਾਓ। ਅੰਮ੍ਰਿਤ ਛਕਾਇਆ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ ਨੇ। ਮਹਾਰਾਜ ਕਹਿੰਦੇ ਲੈ ਭਾਈ ਡੱਲਿਆ, ਹੁਣ ਸੱਚਖੰਡ 'ਚ ਚਾਹੇ ਮੰਜੇੜਾ ਹੀ ਜਾਈ, ਹੁਣ ਸਾਰਾ ਸੱਚਖੰਡ ਹੀ ਤੇਰੇ ਹਵਾਲੇ ਹੈ। ਐਸੇ ਹੈ ਭਾਈ, ਹਲਤ ਪਲਤ ਸਵਾਰਿਆ ਉਹਨਾਂ ਨਿਹਚਲ ਦਿੱਤੀਆਂ ਨੇ ਜਾਏ, ਨਿਹਚਲ ਅਚਲ ਜਗ੍ਹਾ ਜਿਹੜੀ ਜਗ੍ਹਾ ਤੋਂ ਮੁੜ ਕੇ ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ, ਉਹ ਜਗ੍ਹਾ ਬਖਸ਼ ਦਿੱਤੀ। ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨਾ ਜਨਮੈ ਧਾਏ, ਸੰਸਾਰ ਸਮੁੰਦਰ ਤੋਂ ਰੱਖ ਲਿਆ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਉਹਨਾਂ ਨੂੰ ਰੱਖ ਲਿਆ ਆ ਅਰਦਾਸਾਂ ਸੁਣ ਕੇ। ਬਹੁੜ ਨਾ ਜਨਮੈ ਧਾਏ, ਬਹੁੜੋ ਮੁੜ ਕੇ ਦੁਬਾਰਾ ਫਿਰ ਉਹ ਜਨਮਾਂ ਦੇ ਵਿੱਚ ਜੂਨਾਂ ਦੇ ਵਿੱਚ ਨਹੀਂ ਧਾਏ ਦੌੜਦੇ, ਮੁੜ ਕੇ ਜੂਨਾਂ 'ਚ ਨਹੀਂ ਆਉਂਦੇ ਜਾਂਦੇ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਜਿਹਵਾ ਏਕ ਅਨੇਕ ਗੁਣ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀ ਹੈ, ਸੇਸ ਨਾਗਫਨ ਸਹਿਸ ਬਨਾਈ ਦੁਐਸ ਹੰਸਰ ਰਸ ਨਹ ਸੁਹਾਈ, ਗਿਣਤ ਅਵ ਲਗੇ ਨਾਮ ਅਪਾਰਾ ਤੁਮਰੋ ਤਉ ਨਾ ਪਾਈ ਅਤਪਾਰਾ। ਜਿਹਵਾ ਏਕ ਅਨੇਕ ਗੁਣ ਏਕ ਜੀਵ ਹੈ, ਤੇਰੇ ਗੁਣ ਅਨੇਕ ਹੈ ਵਾਹਿਗੁਰੂ, ਤਰੇ ਨਾਨਕ ਚਰਣੀ ਪਾਏ। ਐਦਾਂ ਉਹ ਇੱਕ ਜੀਵ ਨਹੀਂ ਤੇਰੇ ਗੁਣ ਗਾਉਂਦੇ, ਵਾਹਿਗੁਰੂ 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 ਜਪਦੇ ਤਰੇ ਤਰ ਗਏ, ਮੰਨੈ ਤਰੈ ਤਾਰੇ ਗੁਰਸਿੱਖ ਨਾਨਕ ਚਰਣੀ ਪਾਏ। ਐਦਾਂ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨੀ ਪੈ ਗਏ, ਚਰਨੀ ਪੈ ਕੇ ਤਰ ਗਏ। ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ, ਫੱਗਣ ਮਹੀਨੇ ਦੁਆਰਾ ਪਾਤਸ਼ਾਹ ਕਹਿੰਦੇ ਫਲ ਗੁਣ
ਇਸ ਮਹੀਨੇ ਵਿੱਚ ਭਾਈ ਫਲ ਗੁਣ ਫਲ ਮਿਲਦਾ, ਗੁਣ ਕਹੀਏ ਸ਼ੁਭ ਗੁਣਾਂ ਦਾ, ਉਹ ਮਨੁੱਖ ਦੇ ਅੰਦਰ ਸਤ ਪੈਦਾ ਹੋ ਜਾਂਦਾ, ਸੰਤੋਖ ਪੈਦਾ ਹੋ ਜਾਂਦਾ, ਦਇਆ ਧਰਮ ਐਸੇ ਸ਼ੁਭ ਗੁਣ ਉਹ ਜੀਵ ਦੇ ਅੰਦਰ ਪੈਦਾ ਹੋ ਜਾਂਦੇ ਆ। ਇਹ ਗੁਣ ਹੈ ਜੋ ਫਲ ਗੁਣ, ਐਸੇ ਫਲ ਗੁਣਾਂ ਦਾ ਮਹੀਨਾ ਫੱਗਣ। ਪਾਤਸ਼ਾਹ ਕਹਿੰਦੇ ਫੱਗਣ ਦੇ ਵਿੱਚ ਨਿੱਤ ਸਲਾਹੀ ਹੈ, ਨਿੱਤ ਯਾਦ ਕਰੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਹੁਗੁਣ ਮੇਰੇ ਸਾਹਿਬ ਹੈ ਭਾਈ ਹਉ ਤਾ ਕਹਿ, ਬਲ ਜਾਓ ਉਹ ਨਿਰਗੁਣ ਯਾਰੇ ਪਾਲਦਾ ਭਾਈ ਦੇ ਨਥਾਵੇਂ ਥਾ। ਉਹ ਨਿੱਤ ਸਲਾਹੀ ਹੈ, ਐਸੇ ਨੂੰ ਨਿੱਤ ਯਾਦ ਕਰੀਏ, ਜਿਸ ਨੂੰ ਤਿਲ ਨਾ ਤਮਾਏ, ਜਿਸ ਨੂੰ ਸਾਡੇ ਤੋਂ ਤਿਲ ਜਿੰਨੀ ਤਮਾ ਨਹੀਂ ਕਿਸੇ ਪ੍ਰਕਾਰ ਦੀ, ਤਿਲ ਕਿੰਨਾ ਕੁ ਹੁੰਦਾ, ਇੰਨੀ ਵੀ ਤਮਾ ਸਾਡੇ ਤੋਂ ਨਹੀਂ ਹੈ। ਹੁਣ ਬੇਨਤੀ ਹੈ ਸੰਗਤ ਜੀ, ਅਸੀਂ ਗੁਰੂ ਘਰ ਬਣਾਇਆ, ਆਪਣੇ ਲਈ ਬਣਾਇਆ ਹੈ, ਐਡਾ ਵੱਡਾ ਦਰਬਾਰ ਬਣਾਇਆ ਆਪਣੇ ਲਈ ਬਣਾਇਆ, ਆਪਣੇ ਲਈ ਹੈ ਇਹ, ਇੱਥੇ ਕੌਣ ਬੈਠਾ ਹੈ? ਗੁਰੂ ਕੇ ਲੰਗਰ ਬਣ ਰਹੇ ਆ ਇੱਧਰਲੇ ਬੰਨੇ, ਉਹ ਆਪਾਂ ਸਾਲਾਪੁਰੀਆਂ ਜਾਂ ਤੋਗਾਂ ਵਾਲਿਆਂ ਵਾਸਤੇ ਥੋੜ੍ਹੀ ਬਣਾਇਆ, ਬਣਾਇਆ ਤਾਂ ਆਪਣੇ ਵਾਸਤੇ ਹੀ ਹੈ ਵੀ ਅਸੀਂ ਬੈਠਾਂਗੇ, ਕੋਈ ਕਾਰਜ ਕਰਾਂਗੇ ਆਪਦੇ ਦਿਨ ਸੁੱਧ। ਇਸ ਦਾਤੇ ਨੂੰ ਕੀ, ਜੇ ਗੁਰੂ ਕੇ ਲੰਗਰਾਂ 'ਚ ਚਾਰ ਪੈਸੇ ਖਰਚਾਂਗੇ, ਗੁਰੂ ਕੇ ਲੰਗਰ ਛਕਾਂਗੇ ਵਰਤਾਵਾਂਗੇ, ਛਕਾਂਗੇ ਵੀ ਆਪ ਹੀ, ਲੰਗਰ ਤਾਂ ਵਰਤੂ ਛਕੂ ਕੌਣ, ਉਸ ਨੂੰ ਅਸੀਂ ਛਕਣੇ ਹੈ। ਇਹ ਸਾਰਾ ਕੁਛ ਕੀਤਾ ਤਾਂ ਅਸੀਂ ਆਪਣੇ ਲਈ ਹੈ, ਅਤੇ ਸਤਿਗੁਰੂ ਨੂੰ ਕੀ ਤਮਾ ਇਹਦੇ 'ਚ। ਹਾਂ ਭਾਈ, ਪਰ ਜਿਹੜਾ ਕੋਈ ਇਹਨਾਂ ਲੰਗਰਾਂ ਦੇ ਵਿੱਚ, ਇਹਨਾਂ ਮੰਦਰਾਂ ਦੇ ਵਿੱਚ ਆਪਣੀ ਮਾਇਆ ਸਫਲ ਕਰ ਜਾਂਦਾ ਨਾ, ਇਹ ਉਸ ਦੇ ਨਾਂ ਦੇ ਹੈ, ਜਿਹਨੂੰ ਸਾਥੋਂ ਤਿਲ ਜਿੰਨੀ ਤਮਾ ਨਹੀਂ ਹੈ, ਸਾਥੋਂ ਤਿਲ ਜਿੰਨੀ ਤਮਾ ਨਹੀਂ ਜਿਹਨੂੰ, ਉਹਦੇ ਨਾਂ ਦੇ ਹੈ। ਜਿਸ ਕਰਕੇ ਜੇ ਕੋਈ ਉਹਦੇ ਨਾਂ ਦਾ ਤਿਲ ਫੁਲਕੀ ਕਰਦਾ ਨਾ ਭਾਈ, ਉਹਦਾ ਅਜਾਈ ਨਹੀਂ ਜਾਂਦਾ। ਇੱਕ ਤਿਲ ਨਾ ਭੰਨੈ ਘਾਲੇ, ਇੱਕ ਤਿਲ ਕਿੰਨਾ ਕੁ ਹੁੰਦਾ ਸੰਗਤ ਜੀ, ਓਨੀ ਕੁ ਘਾਲਣਾ ਕਿਸੇ ਦੀ ਇੱਥੇ ਅਜਾਈ ਨਹੀਂ ਜਾਂਦੀ। ਇਹ ਦਰ ਐਸਾ ਅਜਾਈ ਨਹੀਂ ਕਿਸੇ ਦੀ ਕਿਰਤ ਜਾਣ ਦਿੰਦਾ, ਪਰ ਤਮਾ ਤਿਲ ਜਿੰਨੀ ਵੀ ਨਹੀਂ, ਤਮਾ ਤਿਲ ਜਿੰਨੀ ਵੀ ਨਹੀਂ, ਅਤੇ ਕਿਸੇ ਦਾ ਤਿਲ ਅਜਾਈ ਵੀ ਨਹੀਂ ਜਾਣ ਦਿੰਦੇ। ਇਹ ਦਰ ਐਸਾ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦਾ ਨਿੱਤ ਸਲਾਹੀਏ, ਪੰਚਮ ਪਾਤਸ਼ਾਹ ਜੀ ਕਹਿੰਦੇ ਭਾਈ ਉਹਨੂੰ ਨਹੀਂ ਤਮਾ ਸਾਥੋਂ, ਜੇ ਸਲਾਹਾਂਗੇ ਸੁਖੀ ਅਸੀਂ ਹੋਵਾਂਗੇ, ਆਨੰਦ ਅਸੀਂ ਭੋਗਾਂਗੇ, ਇਸ ਵਾਸਤੇ ਉਹਨੂੰ ਨਿੱਤ ਸਲਾਹੀਏ। ਉਹਨੂੰ ਪੰਚਮ ਪਾਤਸ਼ਾਹ ਜੀ ਕਹਿੰਦੇ ਇਹ ਬਚਨ, ਕਹਿੰਦੇ ਉਹਨੂੰ ਸਲਾਹੀਏ ਭਾਈ ਜੀ ਤੋਂ, ਜਿਹਨੂੰ ਸਾਡੇ ਤੋਂ ਤਿਲ ਜਿੰਨੀ ਤਮਾ ਨਹੀਂ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ। ਗਰੀਬ ਨਿਵਾਜ ਪਾਤਸ਼ਾਹ ਜੀ ਹੁਣ ਇੱਥੋਂ ਤੱਕ 13 ਪੌੜੀਆਂ ਪੂਰੀਆਂ ਹੋ ਚੁੱਕੀਆਂ, 12 ਪੌੜੀਆਂ ਮਹੀਨਿਆਂ ਪ੍ਰਥਾ ਆ, 12 ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਾ ਮੱਗਰ ਪੋਹ ਮਾਘ ਫੱਗਣ, ਅੱਜ ਫੱਗਣ ਪੂਰਾ ਹੋ ਗਿਆ। ਇੱਕ ਪਹਿਲੀ
ਜਿਹੜੀ ਪੌੜੀ ਆ ਉਹ ਮੰਗਲਾਚਰਨ ਹੈ ਅਤੇ ਜਿਹੜੀ ਇਹ ਚੌਦਵੀਂ ਪੌੜੀ ਹੈ ਬਾਰਹ ਮਾਹਾਂ ਜੀ ਕੀ ਇਹ ਫਲਾਦੇਸ ਹੈ ਭਾਈ। ਇਹ ਬਾਣੀ ਨੂੰ ਪੜ੍ਹਨ ਸੁਣਨ ਵਿਚਾਰਨ ਵਾਲੇ ਨੂੰ ਫਲ ਕੀ ਮਿਲੂਗਾ, ਪ੍ਰਾਪਤੀ ਕੀ ਹੋਵੇਗੀ? ਤਾਂ ਗਰੀਬ ਨਿਵਾਜ ਮਹਾਰਾਜ ਫਰਮਾਨ ਕਰਦੇ ਹੈ, ਜਿਨ ਜਿਨ ਨਾਮ ਧਿਆਇਆ, ਆਰੰਭਤਾ ਕੀਤੀ ਸੀ ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਘਣਾ ਚੇਤ ਤੋਂ ਕਿ ਭਾਈ ਗੋਬਿੰਦ ਨੂੰ ਆਰਾਧੀਏ, ਅਤੇ ਸੰਪੂਰਨਤਾ ਕੀਤੀ ਭਾਈ ਉਹਨਾਂ ਨੂੰ ਆਰਾਧਦਿਆਂ ਇੱਛ ਪੁੰਨੀ